ਵਰਾਲੀ ਸਾੜਨ ਨਾਲ ਜਿਹੜਾ ਧੂਆਂ ਉੱਡ ਰਿਹਾ ਜਾਂਦਾ ਹੈ ਉਹ ਸਾਰਾ ਦਾ ਸਾਰਾ ਪੈ ਜਾਂਦਾ ਹੈ ਜਾ ਕੇ ਸਿੱਧਾ ਦਿੱਲੀ ਉਹਨਾਂ ਨੇ ਵੀ ਕਿਹਾ ਕਿ ਦਿੱਲੀ ਨੂੰ ਜਿਹੜਾ ਮੈਂ ਹੁਣੀ-ਹੁਣੀ ਜ਼ਿਕਰ ਕੀਤਾ ਕਿ ਜਸਟਿਸ ਸੁਦੀਰ ਅਗਰਵਾਲ ਵੀ ਕਹਿੰਦੇ ਵੀ ਤੂੰ ਇਹਨੂੰ ਸ਼ੌਂਕ ਜਾਂ ਚੜਿਆ ਹੁੰਦਾ ਵੀ ਦਿੱਲੀ ਚਲੀਏ ਤੇ ਦਿੱਲੀ ਜਾ ਕੇ ਬਰਸ ਜੀਏ ਮਾਨਯੋਗ ਐਨਜੀਟੀ ਦਾ ਮਾਨਯੋਗ ਸੁਪਰੀਮ ਕੋਰਟ ਦੀ ਕੋਈ ਸਰਕਾਰਾਂ ਨੇ ਪ੍ਰਵਾਹ ਨਹੀਂ ਕੀਤੀ ਜਦੋਂ ਅਕਤੂਬਰ ਦਾ ਮਹੀਨਾ ਆਉਂਦਾ ਕਿਸਾਨ ਨੂੰ ਪੰਜਾਬ ਦੇ ਨੂੰ ਕ੍ਰੀਮੀਕਲ ਪੇਸ਼ ਕਰਕੇ ਦਿਖਾਇਆ ਹੈਗਾ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਉਹ ਪੰਜਾਬ ਸਟੇਟ ਸਰਕਾਰ ਆ ਅਸੀਂ ਤਾਂ ਇਹ ਵੀ ਰੌਲਾ ਪਾਉਂਦੇ ਰਹੇ ਆ ਵੀ ਜਿਹੜਾ ਪੰਜਾਬ ਦਾ ਧੂਆ ਕੋਈ ਪਾਈਪ ਲਾਈਨ ਤਾਂ ਹੈ ਨਹੀਂਗੀ ਅੰਡਰਗਰਾਊਂਡ ਹੋ ਕੇ ਸਿੱਧਾ ਜਾ ਕੇ ਦਿੱਲੀ ਦੀ ਹਿੱਕ 'ਚ ਵੱਜਦਾ ਸੋ ਇਹ ਚੀਜ਼ਾਂ ਅਸੀਂ ਕਹਿੰਦੇ ਰਹੇ ਆ ਪਰ ਕਿਸੇ ਨੇ ਸੁਣਾਈ ਹੁਣ ਤਾਂ ਜਿਹੜੀ ਐਨਜੀਟੀ ਦੇ ਸਦੀਰ ਅਗਰਵਾਲ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਪਰ ਮੈਂ ਸਮਝਦਾ ਸਰਕਾਰਾਂ ਤੇ ਬਹੁਤ ਵੱਡੀ ਇਹ ਮੂੰਹ ਤੇ ਚਪੇੜ ਹੈਗੀ ਆ ਤੇ ਉਸ ਪੰਜਾਬ ਦੇ ਥਰੂ ਇਦਾਂ ਚੀਜ਼ਾਂ ਦਿਖਾਈਆਂ ਸਿਗੀਆਂ ਕੀਤੀਆਂ ਸਿਗੀਆਂ ਉਹਦੇ ਬਾਅਦ ਕਿੰਨਾ ਕੁ ਫਰਕ ਆਇਆ ਥੋੜਾ ਕੋਈ 5 50 ਦਾ ਫਰਕ ਆਇਆ ਹੋਵੇ ਕੋਈ ਕੁਛ ਆਵੇ ਪ੍ਰਾਲੀ ਨੂੰ ਇਸ ਤਰੀਕੇ ਦੇ ਨਾਲ ਸਰਕਾਰ ਨੇ ਕੋਈ ਲਿਆ ਜਾਂ ਹੋਟਲਸ ਵਾਲੇ ਨੇ ਜਾਂ ਕੋਈ ਇਦਾਂ ਦੇ ਉਦਮੀ ਨੇ ਜਿਹੜੇ ਉਹਨਾਂ ਨੂੰ ਬਾਲ ਜਾਂ ਉਹ ਡਿਫਰੈਂਟ ਤਰੀਕੇ ਦਾ ਮਟੀਰੀਅਲ ਬਣਾ ਕੇ ਦੇਣ ਇਦਾਂ ਦਾ ਕੁਝ ਹੋਇਆ ਇੱਕ ਬਲੌਕ ਦੇ ਵਿੱਚ 75 ਪਿੰਡਾਂ ਨੂੰ ਦੋ ਜਾਂ ਤਿੰਨ ਮਸ਼ੀਨਾਂ ਚਾਰ ਮਸ਼ੀਨਾਂ ਵੀ ਦੇ ਦੋਗੇ ਕਿਵੇਂ ਸਰਵਾਈਵ ਕਰ ਜਾਣਗੇ ਕਿਸਾਨ ਕਿਵੇਂ ਚੱਕ ਲੈਣਗੇ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਆ ਬੇਮੌਸਮੀ ਬਰਸਾਤ ਹੋ ਜਵੇ ਤਾਂ ਕਿਸਾਨ ਨੂੰ ਵੱਡੀ ਪ੍ਰੋਬਲਮ ਆ ਜਿਹੜੇ ਗਾਂਵ ਬਦੂ ਕਿਸਾਨ ਨੇ ਆਲੂਆਂ ਦੀ ਖੇਤੀ ਕਰਦੇ ਨੇ ਆਲੂਆਂ ਦੀ ਖੇਤੀ ਤੋਂ ਬਾਅਦ ਉਹਨੇ ਮੱਕੀ ਕਰਨੀ ਹੁੰਦੀ ਆ ਇੱਕ ਇੱਕ ਦਿਨ ਦਾ ਲਹਾ ਹੁੰਦਾ ਇੱਕ ਇੱਕ ਘੰਟੇ ਦਾ ਲਹਾ ਹੁੰਦਾ ਪਰ ਜਦੋਂ ਸਰਕਾਰਾਂ ਆਪਣੀ ਗਲਤੇ ਸਮਰੱਥੇ ਨਹੀਂ ਹੈਗੀਆਂ ਉਹ ਕੁਛ ਕੁਛ ਏਕੜ ਦੀ ਖੇਤੀ ਕਹਿ ਸਕਦੇ ਆ ਜャ ਤੁਹਾਨੂੰ ਉਹਨਾਂ ਨੇ ਬੋਲ ਬਣਾ ਕੇ ਦਿਖਾ ਦਿੱਤੀ ਉਹ ਛੋਟੀ ਗੱਲ ਹੈਗੀ ਆ ਪਰ ਇੰਨਾ ਉਹਦੇ ਤਦਾਦ ਦੇ ਵਿੱਚ ਜਿਹੜਾ ਉਹਦੀ ਸਾਮ ਸੰਭਾਲ ਕਰਨੀ ਆ ਅਸੀਂ ਫੇਰ ਕਹਨੇ ਆ ਸਰਕਾਰ ਸਾਨੂੰ 2400 ਰੁਪਏ ਏਕੜੀ ਦੇ ਦੇ। ਕਿਸਾਨ ਕਿਉਂ ਜੀ ਸਭ ਤੋਂ ਪਹਿਲਾਂ ਜਦੋਂ ਆਪ ਦੇ ਰਹਿਤ ਖੂਨ ਨੂੰ ਅੱਗ ਲਾਊਗਾ ਸਭ ਤੋਂ ਪਹਿਲਾਂ ਦਿੱਲੀ ਦੀ ਹੀ ਕੱਚ ਤਾਂ ਨਹੀਂ ਵੱਜਣਾ ਜਿਹੜਾ ਕਿਸਾਨ ਲਾਊਗਾ ਮੈਂ ਅੱਗ ਲਾਵਾਂ ਤਾਂ ਮੇਰੇ ਨੱਕ 'ਚ ਜਾਊ ਅੱਖਾਂ 'ਚ ਜਾਊ ਫੇਫੜਿਆਂ 'ਚ ਮੇਰੇ ਜਾਊਗਾ ਨਾ ਸਾਡਾ ਬੱਚਾ ਲਾਊਗਾ ਕੋਈ ਵੀ ਕਿਸਾਨ ਕਰਦਾ ਪੰਜਾਬ ਦਾ ਤਾਂ ਸਭ ਤੋਂ ਪਹਿਲਾਂ ਧੂਆਂ ਤਾਂ ਉਹਦੇ ਜਾਊਗਾ ਉਹਨੂੰ ਆਪਣੇ ਸਰੀਰ ਦੀ ਲੋੜ ਨਹੀਂ ਆ ਕੋਈ ਕਈ ਵਾਰ ਮਜਬੂਰੀਆਂ ਸਾਰਾ ਕੁਝ ਕਰਾਉਣੀ ਆ। ਦਿੱਲੀ ਜਿੱਥੇ ਤੱਕ ਜੇ ਜੇ ਗੱਲ ਕਰੀਏ ਇੱਕ ਪਾਸੇ ਤਾਂ ਉਹਦੇ ਨਾਲ ਥੋੜੀ ਜਿਹੀ ਨੁਕਰ ਰਾਜਸਥਾਨ ਦੀ ਲੱਗਦੀ ਹੈ ਇੱਕ ਪਾਸੇ ਜਿਹੜਾ ਉਹਦੇ ਨਾਲ ਹਰਿਆਣਾ ਪੂਰਾ ਲੱਗਦਾ ਹੈ ਇੱਕ ਪਾਸੇ ਤਾਂ ਦਿੱਲੀ ਨਾਲ ਯੂਪੀ ਲੱਗਦਾ ਹੈ ਪੰਜਾਬ ਦਾ ਤਾਂ ਕੋਈ ਹਿੱਸਾ ਲੱਗਦਾ ਹੀ ਨਹੀਂ ਹੈਗਾ ਜਿਹੜਾ ਹਰਿਆਣਾ ਦਾ ਕਿਸਾਨ ਹੈ ਕੀ ਉਹ ਪਰਾਲੀ ਨਹੀਂ ਸਾੜਦਾ ਉਹ ਕਿਦਾਂ ਸੰਭਾਲਦਾ ਉਹ ਕੀ ਕਰਦਾ ਅਸਲ ਚ ਪੰਜਾਬ ਨਾਲ ਮਤਰਾਈ ماں ਵਾਲਾ ਸਲੂਕ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਸਰਕਾਰ ਸੈਂਟਰ ਚ ਕੋਈ ਵੀ ਹੋਵੇ ਪੰਜਾਬ ਦੇ ਵਿੱਚ ਵੀ ਕੋਈ ਹੋਵੇ ਡਾਇਵਰਸੀਫਿਕੇਸ਼ਨ ਦੀ ਗੱਲ ਤਾਂ ਚੱਲਦੀ ਹੈ ਪਰ ਅੜਿੱਕੇ ਉਹੀ ਗੱਲ ਆ ਰਹੀ ਹੈ ਫਿਰ ਡਾਇਵਰਸੀਫਿਕੇਸ਼ਨ ਲਈ ਉਹ ਜਿਹੜਾ ਆਪਣਾ ਫਾਰਮੂਲਾ ਦਿੰਦੇ ਨੇ ਚੀਜ਼ਾਂ ਨੂੰ ਬਦਲਦਾ ਕਿਉਂਕਿ ਮੂੰਗੀ ਜਾਂ ਫਿਰ ਪਿੱਛੇ ਵੀ ਨਵੀਆਂ-ਨਵੀਆਂ ਵਾਅਦਾ ਕੀਤਾ ਉਹਨਾਂ ਨੇ ਐਮਐਸਪੀ 'ਚ ਵਾਅਦਾ ਕੀਤਾ ਕਿ 23 ਫਸਲਾਂ ਦੀ ਗੱਲ ਕਰਦੇ ਨੇ ਪਰ ਉਹ ਡਾਇਵਰਸੀਫਿਕੇਸ਼ਨ ਵਾਲੇ ਅਸਲੀ ਤੌਰ ਤੇ ਜਿਹੜਾ ਫਸਲੀ ਚੱਕਰ ਦੋਨੋਂ ਰੋਕ ਸਕੇ ਉਹ ਗੱਲ ਬਣ ਨਹੀਂ ਰਹੀ ਅਸੀਂ ਗੰਨੇ ਦੀ ਖੇਤੀ ਕਰਦੇ ਆ ਜੀ ਉਹ ਵੀ ਤਾਂ ਡਾਇਵਰਸੀਫਿਕੇਸ਼ਨ ਨਾਲੇ ਸਾਨੂੰ ਸਾਲ-ਸਾਲ ਪੈਸਾ ਨਹੀਂ ਮਿਲਦਾ ਡੇਢ-ਡੇਢ ਸਾਲ ਵੀ ਕਿਤੇ ਨਿਕਲ ਜਾਂਦਾ ਕਿਸਾਨ ਸਬਰ ਕਰਦਾ ਨਾ ਉਹਦਾ ਸਾਡਾ ਪਾਣੀ ਵੀ ਧਰਤੀ ਦਾ ਘੱਟ ਲੱਗਦਾ ਗੰਨੇ ਨੂੰ ਔਰ ਦੂਜੀ ਗੱਲ ਮੱਕੀ ਦੀ ਖੇਤੀ ਕਰਦਾ ਉੱਥੇ ਉਹ ਵੀ ਤਾਂ ਡਾਇਵਰਸੀਫਿਕੇਸ਼ਨ ਆ ਆਲੂਆਂ ਦੀ ਖੇਤੀ ਕਰਦਾ ਉਹ ਵੀ ਤਾਂ ਡਾਇਵਰਸੀਫਿਕੇਸ਼ਨ ਆ ਔਰ ਜਿਹੜੀ ਮੂੰਗੀ ਦੀ ਖੇਤੀ ਕਰਦਾ ਉਹ ਵੀ ਤਾਂ ਡਾਇਵਰਸੀਫਿਕੇਸ਼ਨ ਆ ਰੋਲਾ ਕੀ ਆ 23 ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਹੋਣਾ ਚਾਹੀਦਾ ਪ੍ਰੋਕਿਊਰਮੈਂਟ ਹੋਣਾ ਚਾਹੀਦਾ ਗਰੰਟੀ ਖਰੀਦ ਹੋਣੀ ਚਾਹੀਦੀ ਜਾਂ ਤਾਂ ਕਿਸਾਨ ਤਾਂ ਆਪੀ ਆ ਡਾਇਵਰਸੀਫਿਕੇਸ਼ਨ ਵਾਰੇ ਐਮਐਸਪੀ ਜੇ ਦੇ ਵੀ ਦੇਣ 22 ਤੇਈ ਫਸਲਾਂ ਤੇ 5-7 ਫਸਲਾਂ ਤੇ ਜਿਵੇਂ ਵੀ ਤੇ ਉਹਦੇ ਬਾਅਦ ਜਿਹੜੀ ਮੋਟੀ ਗੱਲ ਹੈ ਹੈਗੀ ਹੈ ਕਿ ਝੋਨੇ 'ਚ ਤੇ ਉਹ ਫਸਲ ਜਿਵੇਂ ਤੁਸੀਂ ਕਿਨੂ ਆਦੀ ਗੱਲ ਕੀਤੀ ਤੁਸੀਂ ਨਰਮੇ ਦੀ ਗੱਲ ਕੀਤੀ ਤੁਸੀਂ ਮੱਕੀ ਦੀ ਗੱਲ ਕੀਤੀ ਤੁਸੀਂ ਮੂੰਗੀ ਦੀ ਗੱਲ ਕੀਤੀ ਉਹਨਾਂ ਸਾਰਿਆਂ ਚ ਲਾਂਚ ਪ੍ਰੋਡਕਸ਼ਨ ਕਾਸਟ ਚ ਉਹਦੀ ਕਟਾਈ ਉਹਨੂੰ ਮੰਡੀ ਤੱਕ ਲਿਜਾਣਾ ਉਹ ਸਭ ਚ ਕੋਈ ਟੋਟਲ ਜਿਹੜੀ ਇਨਪੁਟ ਹੈਗੀ ਇਨਵੈਸਟਮੈਂਟ ਕਾਸਟ ਹੈਗੀ ਪ੍ਰੋਡਕਸ਼ਨ ਕਾਸਟ ਟਿਲ ਮੰਡੀ ਉਹਦੇ ਵਿੱਚ ਕੋਈ ਫਰਕ ਆਏਗਾ ਜਿਹੜੀ ਐਮ ਆਰ ਪੀ ਹੁੰਦੀ ਆ ਉੱਤੇ ਜੇ 4 ਕਿਲੋ ਦੀ ਪੈਕਿੰਗ ਆਉਂਦੀ ਆ ਤੋ ਤੇ ਐਮ ਆਰ ਪੀ ਲਿਖਿਆ ਉਹਦਾ 1500 ਸਾਨੂੰ ਮਿਲਦੀ 3-3000 ਚ ਕਿੱਥੇ ਸਰਕਾਰ ਬੈਠੀ ਆ ਤਾਂ ਐਡਾ ਵੱਡਾ ਕਪੜਾ ਹੋ ਰਿਹਾ ਤੇ ਕੌਣ ਕਰੇ ਤੇ ਪਿੱਛੇ ਹੱਥ ਕੀਦਾ ਸਾਰੀਆਂ ਚੀਜ਼ਾਂ ਅਸੀਂ ਫੇਰ ਉਹੀ ਗੱਲ ਜਾਨਦੇ ਆ ਵੀ ਇਹ ਫਾਇਦਾ ਕਿਹਨੂੰ ਮਿਲ ਰਿਹਾ ਅਸੀਂ ਤਾਂ ਹੀ ਤਾਂ ਬਾਰ-ਬਾਰ ਕੋਆਪਰੇਟ ਕਰਾਉਣਿਆਂ ਨੂੰ ਸਰਕਾਰ ਫਾਇਦਾ ਦੇ ਲਈ ਉੱਥੇ ਅੱਖਾਂ ਮੀਚੀ ਬੈਠੀ ਐ ਤੁਸੀਂ ਅੱਜ ਲਾ ਲੋ ਅੱਜ ਆਪਾਂ ਕੋਈ ਵੀ ਚੀਜ਼ ਲੈਨੇ ਆ ਐਮ ਆਰ ਪੀ 1500 ਰੁਪਏ ਆ ਉਹ 35-3500 ਤੱਕ ਮਿਲਦੀ ਐ 1500 ਦੀ ਐਮ ਆਰ ਪੀ ਤੋਂ ਮਤਲਬ ਡਬਲ ਪੈਸੇ ਕਿਵੇਂ ਬੰਦਾ ਲੈ ਰਿਹਾ ਇਹਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੱਤਾ ਹੈਗਾ ਸਸਿਕਾਲ ਜੀ ਪ੍ਰੋਗਰਾਮ ਅਨਕੜ ਦੇ ਵਿੱਚ ਤੁਹਾਡਾ ਸਵਾਗਤ ਹੈ ਕਿਸਾਨਾਂ ਦੀ ਗੱਲ ਕਰਨੀ ਇੱਕ ਵਾਰ ਫੇਰ ਜ਼ਰੂਰੀ ਹੋ ਗਈ ਹੈ ਕਿਉਂਕਿ ਪਰਾਲੀ ਦੀ ਗੱਲ बार-बार ਉੱਠਦੀ ਹੈ ਜਿਦੋਂ ਤੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗੱਲ ਕੀਤੀ ਜਾਏ ਐਨਜੀਟੀ ਦੇ ਮੈਂਬਰ ਨੇ ਸੁਦੀਰ ਅਗਰਵਾਲ ਜਿਹੜੇ ਕਿ ਜਸਟਿਸ ਸੁਦੀਰ ਅਗਰਵਾਲ ਨੇ ਤੇ ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਐ ਇੱਕ ਸੈਮੀਨਾਰ 'ਚ ਬੋਲ ਰਹੇ ਸਨ ਇੱਕ ਗੈਦਰਿੰਗ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਤੇ ਇਸ ਗੱਲ ਪਿੱਛੇ ਪ੍ਰਾਲੀ ਜਿਹੜੀ ਸਰਦੀ ਐ ਜਾਂ ਸਾੜੀ ਜਾਂਦੀ ਐ ਤੇ ਉਹਦੇ ਬਾਅਦ ਪੋਲੂਸ਼ਨ ਦੀ ਗੱਲ ਹੁੰਦੀ ਪ੍ਰਦੂਸ਼ਣ ਦੀ ਗੱਲ ਹੁੰਦੀ ਐ ਉਹਦੇ ਵਿੱਚ ਕਿਸਾਨਾਂ ਨੂੰ ਫਾਈਨ ਲਾਉਣਾ ਜੇਲ੍ਹਾਂ ਚ ਡੱਕਣਾ ਜਾਂ ਫਿਰ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਇਹ ਜਿਹੇ ਕੰਮ ਜਿਹੜੇ ਨੇ ਉਹ ਨਿਆਂ ਨਹੀਂ ਹੈਗਾ ਇਨਜਸਟਿਸ ਹੈਗਾ ਖਾਸ ਤੌਰ ਤੇ ਜਸਟਿਸ ਸੁਦੀਰ ਅਗਰਵਾਲ ਹੋਰਾਂ ਨੇ ਕਿਹਾ ਜਿਹੜੇ ਕਿ ਐਨਜੀਟੀ ਦੇ ਮੈਂਬਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਹਵਾਲਾ ਹਰ ਵਾਰ ਦਿੱਤਾ ਜਾਂਦਾ ਜਦੋਂ ਵੀ ਦਿੱਲੀ ਬੈਠੇ ਹਕਮਰਾਨ ਜਿਹੜੇ ਨੇ ਉਹ ਗੱਲਬਾਤ ਕਰਦੇ ਨੇ ਤੇ ਐਨਜੀਟੀ ਦੀ ਗੱਲ ਜ਼ਰੂਰ ਕਰਦੇ ਨੇ ਵੈਸੇ ਵੀ ਜੇ ਗੱਲ ਕੀਤੀ ਜਾਵੇ ਜਦੋਂ ਵੀ ਖਬਰਾਂ ਤੁਸੀਂ ਦੇਖਦੇ ਹੋ ਤੇ ਐਨਜੀਟੀ ਦਾ ਇੱਕ ਖਾਨਾ ਜ਼ਰੂਰ ਦਿਖਾਇਆ ਜਾਂਦਾ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਪ੍ਰਦੂਸ਼ਣ ਦੇ ਲੈਵਲ ਤੇ ਐਨਜੀਟੀ ਦਾ ਕਹਿਣਾ ਕੀ ਹੈ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਦੋਂ ਸਾਇੰਟਿਫਿਕ ਤਰੀਕੇ ਦੇ ਨਾਲ ਇਹਦੀ ਪੜਤਾਲ ਕੀਤੀ ਗਈ ਦਿੱਲੀ ਤੋਂ ਖਾਸ ਕਰਕੇ ਤੇ ਉਹਦੇ ਵਿੱਚ ਦਿੱਲੀ ਦਾ ਪ੍ਰਦੂਸ਼ਣ ਜਿਹੜਾ ਸੀ ਉਹਦੇ ਵਿੱਚ ਕੁਝ ਤੇਲ ਵਰਗੇ ਜਿਹੜੇ ਪਦਾਰਥ ਨੇ ਉਹ ਪਾਏ ਗਏ ਔਰ ਜਿਹੜਾ ਤੇਲ ਵਰਗਾ ਪਦਾਰਥ ਹੈਗਾ ਜਿਹੜੀ ਸਟੱਬਲ ਬਰਨਿੰਗ ਹੈਗੀ ਹੈ ਜਿੰਨੂੰ ਅਸੀਂ ਪ੍ਰਾਲੀ ਨੂੰ ਸਾੜਨਾ ਕਹਿੰਦੇ ਆ ਉਹਦੇ ਵਿੱਚ ਉਹ ਜਿਆ ਤੇਲਾਂ ਵਰਗੇ ਪਦਾਰਥ ਨਹੀਂ ਹੈਗੇ। ਇਹ ਬਹੁਤ ਘੱਟ ਨੇ। ਇੱਕ ਦਲੀਲ ਹੋਰ ਉਹਨਾਂ ਨੇ ਦਿੱਤੀ ਕਹਿੰਦੇ ਕੋਈ ਸਾਇੰਟਿਫਿਕ ਇਹਦਾ ਜਿਹੜਾ ਉਹ ਬਹੁਤ ਜ਼ਿਆਦਾ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਪ੍ਰੂਫ ਕਰਨਾ ਔਖਾ ਹੈ। ਕਿਉਂ? ਕਿਉਂਕਿ ਉਹ ਕਹਿੰਦੇ ਜੀ ਜਿਹੜੀ ਪ੍ਰਾਲੀ ਵਾਲਾ ਧੂਆਂ ਹੈਗਾ ਉਹ ਭਾਰਾ ਹੁੰਦਾ ਹੈ। ਔਰ ਜਿਹੜਾ ਐਡਾ ਭਾਰਾ ਹੈ ਉਹਨੂੰ ਗਤੀ ਵੀ ਚਾਹੀਦੀ ਹੈ। ਔਰ ਗਤੀ ਵਿੱਚ ਇਸ ਕੀ ਹਵਾ ਦੀ ਗਤੀ ਦੇ ਨਾਲ ਹੀ ਉਹ ਜਾ ਕੇ ਕਿਤੇ ਦਿੱਲੀ ਪਹੁੰਚਣਾ ਹੈ ਤੇ ਇਸ ਤਰੀਕੇ ਦੇ ਨਾਲ ਇਹ ਸੰਭਵ ਨਹੀਂ ਉਹਨੇ ਰਸਤੇ 'ਚ ਡਿੱਗ ਜਾਣਾ ਕਿਉਂਕਿ ਇਹ ਹੈਵੀ ਪਾਰਟਿਕਲਸ ਨੇ ਬਹੁਤ ਸਾਰੀਆਂ ਗੱਲਾਂ ਉਹਨੇ ਕਹੀਆਂ ਨੇ ਅੱਜ ਐਸੇ ਤੇ ਅਸੀਂ ਗੱਲਬਾਤ ਕਰਾਂਗੇ ਗੁਰਿੰਦਰ ਸਿੰਘ ਪੰਗੂ ਜਿਹੜੇ ਕਿ ਕਿਸਾਨ ਆਗੂ ਨੇ ਮੋਰਚੇ ਵਿੱਚ ਬੈਠੇ ਹੋਏ ਨੇ ਸ਼ੰਭੂ ਬਾਰਡਰ ਤੇ ਜਿਹੜਾ ਮੋਰਚਾ ਲੱਗਿਆ ਹੋਇਆ ਉੱਥੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਆਏ ਆ ਕਿਉਂਕਿ ਜੇ ਗੱਲ ਪਰਾਲੀ ਦੀ ਹੋਵੇ ਗੱਲ ਕਿਸਾਨ ਦੀ ਹੋਵੇ ਤਾਂ ਥਾਂ ਵੀ ਕਿਸਾਨ ਦੀ ਹੋਣੀ ਚਾਹੀਦੀ ਜਿੱਥੇ ਬੈਠ ਕੇ ਗੱਲ ਕਰਨੀ ਬਣਦੀ ਹੈ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਡੀ5 ਨੂੰ ਦੇਖਣ ਵਾਲੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗੋ ਸਾਹਿਬ ਐਡੀ ਲੰਬੀ ਚੌੜੀ ਮੈਨੂੰ ਐਸ ਕਰਕੇ ਇੱਕ ਤਰ੍ਹਾਂ ਦੀ ਇੰਟਰੋਡਕਸ਼ਨ ਬਣਨੀ ਪਈ ਕਿਉਂਕਿ ਇੰਨੇ ਹੀ ਲੰਬਾ ਚੌੜਾ ਜਿਹੜਾ ਹੈਗਾ ਇਲਜ਼ਾਮ ਲਾਇਆ ਜਾਂਦਾ ਬਾਰ-ਬਾਰ ਕਿਸਾਨਾਂ ਤੇ ਔਰ ਪਰਾਲੀ ਦੀ ਗੱਲ ਅੱਜ ਦੀ ਨਹੀਂ ਹੋ ਰਹੀ ਤੁਹਾਨੂੰ ਪਤਾ ਹੀ ਹੈ ਕਿੰਨਾ ਲੰਮਾ ਸਮਾਂ ਹੋ ਗਿਆ ਜਦੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਪਰਾਲੀ ਸਾੜਨ ਨਾਲ ਜਿਹੜਾ ਧੂਆਂ ਉੱਡ ਕੇ ਜਾਂਦਾ ਹੈ ਉਹ ਸਾਰਾ ਦਾ ਸਾਰਾ ਪੈ ਜਾਂਦਾ ਹੈ ਜਾ ਕੇ ਸਿੱਧਾ ਦਿੱਲੀ ਉਹਨਾਂ ਨੇ ਵੀ ਕਿਹਾ ਕਿ ਦਿੱਲੀ ਨੂੰ ਜਿਹੜਾ ਮੈਂ ਹੁਣੀ ਹੁਣੀ ਜ਼ਿਕਰ ਕੀਤਾ ਕਿ ਜਸਟਿਸ ਸੁਧੀਰ ਅਗਰਵਾਲ ਵੀ ਕਹਿੰਦੇ ਵੀ ਤੂੰ ਇਹਨੂੰ ਸ਼ੌਂਕ ਜਾਂ ਚੜਿਆ ਹੁੰਦਾ ਵੀ ਦਿੱਲੀ ਚੱਲੀਏ ਤੇ ਦਿੱਲੀ ਜਾ ਕੇ ਬਰਸ ਜੀਏ ਅ ਸੋ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਸੀਗੇ ਜਦੋਂ ਵੀ ਕੋਈ ਸਾਡੀ ਸਟੇਟਮੈਂਟ ਆਈ ਆ ਦੇਖੋ ਅਸੀਂ ਐਨਜੀਟੀ ਕੀ ਕਹਿੰਦਾ ਉਹ ਤੇ ਸਰਕਾਰਾਂ ਨਹੀਂ ਗਈਆਂ ਐਨਜੀਟੀ ਦੀ ਰਿਪੋਰਟ ਨੇ ਇਹ ਵੀ ਕਿਹਾ ਸੀਗਾ ਵੀ ਜਿਹੜੇ 2 ਏਕੜ ਵਾਲਾ ਕਿਸਾਨ ਆ ਉਹਨੂੰ 1000 ਰੁਪਏ ਏਕੜ ਦੋ ਉਹ ਆਪਣਾ ਮਸਲਾ ਉਸ ਪਰਾਲੀ ਦਾ ਹੱਲ ਕਰੇਗਾ ਜਿਹੜੀ ਪਰਾਲੀ ਦੀ ਗੱਲ ਕਰਦੇ ਆ ਉਹ ਤੋਂ ਗਾਂ ਵਧ ਕੇ ਜਿਹੜੀ ਐਨਜੀਟੀ ਦੀ ਰਿਪੋਰਟ ਕੀ ਕਹਿੰਦੀ ਆ ਉਹਨੇ ਕਿਹਾ ਸੀ ਵੀ ਜਿਹੜੇ 5 ਏਕੜ ਤੋਂ ਉੱਪਰ ਵਾਲੇ ਕਿਸਾਨ ਨੇ ਉਹਨਾਂ ਨੂੰ ਤੁਸੀਂ 1000 ਰੁਪਿਆ ਏਕੜ ਤੇ ਅਗਰ ਉਹ ਇਸ ਜਾਂ ਫਿਰ ਮਸ਼ੀਨਰੀ ਪ੍ਰੋਵਾਈਡ ਕਰਾਓ ਕਿਉਂਕਿ ਜਿਹੜਾ ਛੋਟਾ ਕਿਸਾਨ ਆ ਉਹ ਮਸ਼ੀਨਰੀ ਅਗਰ ਸਰਕਾਰ ਪ੍ਰੋਵਾਈਡ ਵੀ ਕਰਾਉਂਦੀ ਜਾਂ ਤਾਂ ਜਿਹੜਾ ਟਰੈਕਟਰ ਦੀ ਲੋੜ ਹੈਗੀ ਆ ਉਹ 12 ਤੋਂ 14-15 ਲੱਖ ਦੇ ਵਿੱਚ ਆਉਂਦਾ ਕਿਉਂਕਿ ਉਹ ਮਸ਼ੀਨਰੀ ਨੂੰ ਚਲਾਉਣ ਲਈ 60 ਤੋਂ 65 ਪਾਵਰ ਦਾ ਟਰੈਕਟਰ ਚਾਹੀਦਾ ਵਾ ਤੋਂ ਸਰਕਾਰ ਕਿਤੇ ਨਹੀਂ ਖੜੀ ਉਸ ਤੋਂ ਬਾਅਦ ਐਨਜੀਟੀ ਨੇ ਇੱਕ ਹੋਰ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਸੀਗਾ ਉਹਦੇ ਵਿੱਚ 100 ਰੁਪਇਆ ਕੁਇੰਟਲ ਦੇ ਹਿਸਾਬ ਨਾਲ ਅਸੀਂ ਜਿਹੜੀ ਡਿਮਾਂਡ ਕਰਦੇ ਸੀ ਉਹ ਝੋਨੇ ਦੇ ਹਿਸਾਬ ਨਾਲ ਕਿਹਾ ਸੀਗਾ ਵੀ ਜੇ 30 ਕੁਇੰਟਲ ਝੋਨਾ ਨਿਕਲਦਾ ਉਹਦੇ ਹਿਸਾਬ ਨਾਲ ਦਿੱਤਾ ਜਾਵੇ ਪਰ ਸਮਾਨ ਜੋ ਸੁਪਰੀਮ ਕੋਰਟ ਨੇ ਕੀ ਕੀਤਾ ਉਹਦੀ ਐਵਰੇਜ ਕੱਢ ਕੇ ਵੀ ਜਿਹੜੀ ਰੈਂਦ ਖੁੰਦ ਹੈਗੀ ਆ ਝੋਨੇ ਦੀ ਉਹ 24 ਕੁਇੰਟਲ ਦੇ ਲਗਭਗ ਬਣਦੀ ਆ ਤਾਂ ਉਹਨਾਂ ਨੇ 100 ਰੁਪਇਆ ਕੁਇੰਟਲ ਦੇ ਹਿਸਾਬ ਨਾਲ ਕਿਹਾ ਤਾਂ ਵੀ ਕਿਸਾਨ ਨੂੰ ਦੋ ਅਗਰ ਤੁਸੀਂ ਇਹ ਚੀਜ਼ ਪ੍ਰੋਵਾਈਡ ਕਰਾਉਣੇ ਆ ਉਸ ਤੋਂ ਬਾਅਦ ਕਿਸਾਨ ਅਗਲਾਉਂਦਾ ਫਿਰ ਉੱਤੇ ਕੋਈ ਤੁਸੀਂ ਕਾਰਵਾਈ ਕਰਨ ਦੀ ਬਣਦੇ ਆ ਪਰ ਇੱਥੇ ਕਿਸੇ ਨੇ ਸਰਕਾਰ ਦਾ ਮਾਨਯੋਗ ਐਨਜੀਟੀ ਦਾ ਮਾਨਯੋਗ ਸੁਪਰੀਮ ਕੋਰਟ ਦੀ ਕੋਈ ਸਰਕਾਰਾਂ ਨੇ ਪ੍ਰਵਾਹ ਨਹੀਂ ਕੀਤੀ ਜਦੋਂ ਅਕਤੂਬਰ ਦਾ ਮਹੀਨਾ ਆਉਂਦਾ ਕਿਸਾਨ ਨੂੰ ਪੰਜਾਬ ਦੇ ਨੂੰ ਕ੍ਰੀਮੀਕਲ ਪੇਸ਼ ਕਰਕੇ ਦਿਖਾਇਆ ਹੈਗਾ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਉਹ ਪੰਜਾਬ ਸਟੇਟ ਸਰਕਾਰ ਆ ਅਸੀਂ ਤਾਂ ਇਹ ਵੀ ਰੌਲਾ ਪਾਉਂਦੇ ਰਹੇ ਆ ਵੀ ਜਿਹੜਾ ਪੰਜਾਬ ਦਾ ਧੂਆਂ ਕੋਈ ਪਾਈਪ ਲਾਈਨ ਤਾਂ ਹੈ ਨਹੀਂਗੀ ਅੰਡਰਗਰਾਉਂਡ ਹੋ ਕੇ ਸਿੱਧਾ ਜਾ ਕੇ ਦਿੱਲੀ ਦੀ ਹਿੱਕ 'ਚ ਵੱਜਦਾ ਸੋ ਇਹ ਚੀਜ਼ਾਂ ਅਸੀਂ ਕਹਿੰਦੇ ਰਹੇ ਆ ਪਰ ਕਿਸੇ ਨੇ ਸੁਣਾਈ ਹੁਣ ਤਾਂ ਜਿਹੜੀ ਐਨਜੀਟੀ ਦੇ ਸੁਧੀਰ ਅਗਰਵਾਲ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਪਰ ਮੈਂ ਸਮਝਦਾ ਸਰਕਾਰਾਂ ਤੇ ਬਹੁਤ ਵੱਡੀ ਇਹ ਮੂੰਹ ਤੇ ਚਪੇੜ ਹੈਗੀ ਆ ਕਿਉਂਕਿ ਕਰਾਇਂ ਜਦੋਂ ਅਕਤੂਬਰ ਦੇ ਵਿੱਚ ਸਾਡੇ ਕਿਸਾਨਾਂ ਤੇ ਕਈ ਸਾਲਾਂ ਦੇ ਪਰਚੇ ਵੀ ਚੱਲਦੇ ਆ ਕੋਟਾਂ ਦੇ ਵਿੱਚ ਕਿਸਾਨ ਕਿੱਦਾਂ ਖੱਜਲ ਖੁਆਰ ਹੁੰਦਾ ਅਣਗਿਣਤੇ ਪਰਚੇ ਕਰਦੇ ਨੇ ਔਰ ਐਡਾ ਦਹਿਸ਼ਤ ਦਾ ਮਾਹੌਲ ਹੋ ਜਾਂਦਾ ਅ ਕਿਉਂਕਿ ਕਿਸਾਨ ਉਂ ਪੁਲਿਸ ਆਵੇ ਨਾ ਆਵੇ ਅਫੀਸਰ ਲੈਣ ਆਵੇ ਨਾ ਆਵੇ ਪਰ ਜਦੋਂ ਕਿਤੇ ਵੀ ਮਾੜਾ ਮੋਟਾ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਉਹਦੀ ਅੱਗ ਲਾਉਣਾ ਵੀ ਬਿੰਦੂ ਮੈਂ ਮਜਬੂਰੀ ਹੈਗੀ ਆ ਕਿਉਂਕਿ ਜਿਹੜਾ ਝੋਨਾ ਵੱਢ ਕੇ ਕਣਕ ਦੀ ਬਜਾਈ ਦਾ ਵਖਵਾ ਆਏਗਾ ਬੜਾ ਘੱਟ ਹੈਗਾ ਵਾ ਅਗਰ ਬੇਮੌਸਮੀ ਬਰਸਾਤ ਹੋ ਜਵੇ ਤਾਂ ਵੱਡੀ ਪ੍ਰੋਬਲਮ ਖੜੀ ਹੁੰਦੀ ਆ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜਿਵੇਂ ਝੋਨਾ ਵੱਢ ਕੇ ਕਿਸੇ ਨੇ ਆਲੂ ਲਾਉਣਾ ਸਬਜ਼ੀ ਦੀ ਖੇਤੀ ਕਰਦੇ ਨੇ ਜਾਂ ਗਾਜਰ ਦੀ ਖੇਤੀ ਕਰਦੇ ਨੇ ਜਾਂ ਉਹ ਤੋਂ ਵੀ ਵੱਧ ਕੇ ਜਾਈਏ ਆਪਾਂ ਗੰਨਾ ਕਮਾਦ ਬੀਜਣਾ ਉਹ ਤਾਂ ਵੱਡੀਆਂ ਸਮੱਸਿਆਵਾਂ ਚਾਰਾ ਬੀਜਣਾ ਤਾਂ ਸਮੱਸਿਆਵਾਂ ਕਿਸਾਨ ਦੇ ਅੱਗੇ ਖੜੀਆਂ ਕਿਉਂਕਿ ਸਰਕਾਰ ਨੇ ਆਪਣਾ ਵਾਅਦਾ ਤਾਂ ਕੋਈ ਅਜੇ ਤੱਕ ਪੂਰਾ ਕੀਤਾ ਹੀ ਨਹੀਂ ਹੈਗਾ ਅਸੀਂ ਕਿਹਾ ਤਾਂ ਸਾਨੂੰ 2400 ਰੁਪਏ ਦੋ ਏਕੜ ਦਾ ਅਸੀਂ ਚਾਹੇ ਕਿੱਥੇ ਰੱਖੀ ਆਪਣੇ ਘਰਾਂ ਚ ਬੰਦ ਕਰਦੀਏ ਪੂਸ ਨੂੰ ਜਿੱਥੇ ਮਰਜੀ ਲਈਏ ਪਰ ਸਰਕਾਰ ਨੇ ਕਿਸਾਨ ਨੂੰ ਕ੍ਰੀਮੀਕਲ ਪੇਸ਼ ਤੈਅ ਕੀਤਾ ਪਰ ਅੱਜ ਜਿਹੜਾ ਹੈ ਤਾਂ ਬਹੁਤ ਵੱਡੀ ਗੱਲ ਹੈਗੀ ਆ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਇੰਨੀ ਸਟੇਟਮੈਂਟ ਕਿਉਂ ਦੇਣੀ ਪਈ ਕਿਉਂਕਿ ਵੱਡਾ ਅਹਿਮ ਮੁੱਦਾ ਸੀਗਾ ਜਿਹੜਾ ਕਿ ਕਿਸਾਨ ਨੂੰ ਪੰਜਾਬ ਦੇ ਨੂੰ ਇੱਕ ਕਿਹੜੀ ਅੱਖ ਨਾਲ ਕ੍ਰੀਮੀਕਲ ਪੇਸ਼ ਕਰਕੇ ਦਿੱਤਾ ਇਹਨਾਂ ਨੇ ਔਰ ਇਹ ਵੀ ਗੱਲ ਹੈਗੀ ਆ ਵੀ ਜਿਹੜਾ ਕਿਸਾਨ ਦਾ ਪ੍ਰੋਡਕਸ਼ਨ ਦੀ ਗੱਲ ਕਰਦੇ ਆ ਨਾ ਉਹ ਸਿਰਫ 2 ਜਾਂ 3% ਹੈਗਾ ਬਾਕੀ ਪ੍ਰਦੂਸ਼ਣ ਕਿੱਥੋਂ ਹੁੰਦਾ ਤਾਂ ਸਰਕਾਰਾਂ ਨੂੰ ਪਤਾ ਹੈਗਾ ਪਰ ਬਦਨਾਮ ਕਿਤੇ ਨਾ ਕਿਤੇ ਕਿਸ ਤਰੀਕੇ ਨਾਲ ਸਿੱਧੇ ਤੌਰ ਤੇ ਕਿਸਾਨ ਨੂੰ ਕੀਤਾ ਜਾਂਦਾ ਹੈਗਾ ਔਰ ਇਹਦੇ ਵਿੱਚ ਹੋਰ ਸਭ ਤੋਂ ਵੱਡੀ ਗੱਲ ਹੈਗੀ ਆ ਜਦੋਂ ਅਕਤੂਬਰ ਮਹੀਨਾ ਚੜ੍ਹਦਾ ਵਾ ਉਦੋਂ ਚਾਹੇ ਪੰਚਾਇਤ ਵਿਭਾਗ ਮਹਿਕਮਾ ਹੈਗਾ ਚਾਹੇ ਬਿਜਲੀ ਮਹਿਕਮਾ ਹੈਗਾ ਸਾਰੇ ਦਫਤਰੀ ਕੰਮ ਛੱਡ ਕੇ ਉਹਨਾਂ ਦੀਆਂ ਟੀਮਾਂ ਬਣਾ ਕੇ ਪਿੰਡਾਂ 'ਚ ਤੋਰੀਆਂ ਜਾਂਦੀਆਂ ਵੀ ਜੇ ਕਿਸੇ ਕਿਸਾਨ ਦੇ ਉਹਦੇ ਗੱਡੀਆਂ ਲੈ ਕੇ ਜਾਓ ਬਲਾਰੋ ਗੱਡੀਆਂ ਸਕਾਰਪਿਓ ਗੱਡੀਆਂ ਪੁਲਸੀਆਂ ਖੇਤਾਂ 'ਚ ਫਿਰਦੀਆਂ ਉਹ ਕਿਸਾਨ ਵਿਚਾਰਾ ਕਿੱਧਰ ਨੂੰ ਜਾਵੇ ਉਹ ਤੇ ਨਜਾਇਜ਼ ਪਰਚੇ ਅੱਜ ਵੀ ਭੁਗਤ ਰਹੇ ਆ ਤਾਂ ਵੱਡਾ ਸਬਕ ਲੈਣੇ ਦੀ ਲੋੜ ਆ ਜਿਹੜਾ ਸਦੀਰ ਅਗਰਵਾਲ ਉਹਨਾਂ ਨੇ ਇਹ ਕੀਤਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਤਾਂ ਪਰ ਸਰਕਾਰ ਸਾਡੀ ਗੱਲ ਨਹੀਂ ਸੀ ਮੰਨਦੀ ਤੁਸੀਂ ਗੱਲ ਕਿਹਾ ਕਿ ਜਿਸ ਤਰੀਕੇ ਦੇ ਨਾਲ ਮਜਬੂਰੀ ਹੈਗੀ ਹੈ ਕਿਸਾਨਾਂ ਦੀ ਪਰ ਪਿਛਲੇ ਦਿਨ ਅਸੀਂ ਦੇਖਿਆ ਖਾਸ ਤੌਰ ਤੇ ਜੇ ਪੰਜਾਬ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਹੁਣ ਸਰਕਾਰ ਆਈ ਹੈ ਅਸੀਂ ਕੁਝ ਇਨਵੈਸਟ ਪੰਜਾਬ ਵਰਗੇ ਇਹਨਾਂ ਨੇ ਬਹੁਤ ਵੱਡੇ ਸੈਮੀਨਾਰਸ ਲਾਇਏ ਸਨ ਡਿਫਰੈਂਟ ਡਿਫਰੈਂਟ ਜਗ੍ਹਾਾਂ ਉੱਤੇ ਅਸੀਂ ਉਹਦੇ ਵਿੱਚ ਕਵਰ ਕੀਤਾ ਅਸੀਂ ਗਏ ਸਾਡੀਆਂ ਟੀਮਾਂ ਜਿਹੜੀਆਂ ਸੀਗੀਆਂ ਮੀਡੀਆ ਨੇ ਕਵਰ ਕੀਤਾ ਅਸੀਂ ਉੱਥੇ ਦੇਖਿਆ ਉਹਨਾਂ ਨੇ ਖਾਸ ਤੌਰ ਤੇ ਨਾ ਪਰਾਲੀ ਦੇ ਡਿਫਰੈਂਟ ਡਿਫਰੈਂਟ ਮਟੀਰੀਅਲ ਦੇ ਨਾਲ ਪਰਾਲੀ ਮਟੀਰੀਅਲ ਦੇ ਨਾਲ ਕੁਝ ਕੁ ਚੀਜ਼ਾਂ ਬਣਾਈਆਂ ਹੋਈਆਂ ਸੀਗੀਆਂ ਡਿਫਰੈਂਟ ਤਰੀਕੇ ਦੀਆਂ ਜਿਹੜੇ ਕਹਿੰਦੇ ਸੀ ਜੀ ਇਹ ਜਿਹੜੀਆਂ ਚੀਜ਼ਾਂ ਨੇ ਹਾਟਲ 'ਚ ਜਿਹੜੀਆਂ ਨੇ ਉਹ ਵਰਤੀਆਂ ਜਾ ਸਕਦੀਆਂ ਨੇ ਕੁਝ ਉਹਨਾਂ ਨੇ ਡਿਫਰੈਂਟ ਵਿੱਚ ਪਾ ਕੇ ਚੀਜ਼ਾਂ ਕੁਝ ਡਿਫਰੈਂਟ ਤਰ੍ਹਾਂ ਦੇ ਬਾਲਸ ਬਣਾਈਆਂ ਹੋਈਆਂ ਸੀ ਕੋਈ ਕੁਝ ਬਣਾਇਆ ਹੋਇਆ ਸੀ ਉਹਨੂੰ ਐਂ ਜਲਾਇਆ ਜਾ ਸਕਦਾ ਇਹਨਾਂ ਬਾਲਸ ਨੂੰ ਜਿਹੜਾ ਦਿਖਾਇਆ ਉਹ ਜਿਹਾ ਬਣਾ ਬਣਾ ਕੇ ਪਰ ਜਦੋਂ ਦਿਖਾਇਆ ਗਿਆ ਤਾਂ ਇਹਦਾ ਮਤਲਬ ਹੈ ਕਿ ਕਿਸਾਨ ਦੇ ਇਸ ਪ੍ਰੋਬਲਮ ਦੇ ਵਿੱਚ ਕਿਸੇ ਤਰੀਕੇ ਦਾ ਤਾਂ ਇੰਟਰਸਟ ਲੈ ਰਹੀ ਹੈ ਨਾ ਆਪਣੇ ਸਰਕਾਰ ਤੇ ਫਿਰ ਜਦੋਂ ਉਹਨਾਂ ਨੇ ਇਹਦੇ ਇਨਵੈਸਟ ਪੰਜਾਬ ਦੇ ਥਰੂ ਇਹਦਾ ਚੀਜ਼ਾਂ ਦਿਖਾਈਆਂ ਸੀਗੀਆਂ ਕੀਤੀਆਂ ਸੀਗੀਆਂ ਉਹਦੇ ਬਾਅਦ ਕਿੰਨਾ ਕੁ ਫਰਕ ਆਇਆ ਥੋੜਾ ਕੋਈ 25 10 ਦਾ ਫਰਕ ਆਇਆ ਹੋਵੇ ਕੋਈ ਕੁਝ ਆ ਹੋ ਪਰਾਲੀ ਨੂੰ ਇਸ ਤਰੀਕੇ ਦੇ ਨਾਲ ਸਰਕਾਰ ਨੇ ਕੋਈ ਲਿਆ ਜਾਂ ਹੋਟਲਸ ਵਾਲੇ ਨੇ ਜਾਂ ਕੋਈ ਐਦਾਂ ਦੇ ਉਦਮੀ ਨੇ ਜਿਹੜੇ ਉਹਨਾਂ ਨੂੰ ਬਾਲਸ ਜਾਂ ਉਹ ਡਿਫਰੈਂਟ ਤਰੀਕੇ ਦਾ ਮਟੀਰੀਅਲ ਬਣਾ ਕੇ ਦੇਣ ਐਦਾਂ ਤਾਂ ਕੁਝ ਹੋਇਆ। ਤੇ ਦੇਖੋ ਜੀ ਉਹ 15-20 ਦਿਨ ਦਾ ਜਿਹੜਾ ਸਮਾਂ ਹੁੰਦਾ ਕਿਉਂਕਿ ਪਰਾਲੀ ਦੀ ਰਹਿਤ ਖੁੰਦ ਬਹੁਤ ਹੁੰਦੀ ਆ। ਕਿਉਂਕਿ ਉਹ ਪ੍ਰੈਕਟੀਕਲ ਤੌਰ ਤੇ ਤੁਹਾਨੂੰ ਛੋਟੀਆਂ-ਮੋਟੀਆਂ ਚੀਜ਼ਾਂ ਦਿਖਾ ਦਿੰਨੇ ਆ। ਉਹਦੇ ਨਾਲ ਕਿਸਾਨ ਦਾ ਮਸਲਾ ਨਹੀਂ ਹੁਣ ਆਉਣਾ। ਹੁਣ 24 ਕੁਇੰਟਲ ਮਾਨ ਜੋ ਸੁਪਰੀਮ ਕੋਰਟ ਕਹਿੰਦੀ ਐ 1 ਏਕੜ 'ਚ ਰਹਿਤ ਖੁੰਦ 24 ਕੁਇੰਟਲ ਹੁੰਦੀ ਆ। ਬਾਹੋ 24 ਕੁਆਂਟਲ ਪ੍ਰਾਲੀ ਨੂੰ ਕਿਸਾਨ ਤੱਕ ਲੈ ਕੇ ਜਾਏ ਤਾਂ ਜਾਏ ਕਿਥੇ ਜਦ ਤੱਕ ਕਿਸਾਨ ਨਾਲ ਇਹ ਹੋਵੇ ਵੀ ਤੁਹਾਡਾ ਅਸੀਂ 2 ਦਿਨਾਂ ਚ ਚੱਕ ਲਮਾਏ ਮੰਨ ਲਓ ਹੁਣ ਪਿਛਲੀ ਟਰਮ ਨਿਕਲ ਕੇ ਗਈ ਆ ਝੋਨੇ ਦੀ ਸਰਕਾਰ ਨੇ ਮਸ਼ੀਨਰੀ ਦਾ ਵੀ ਅਸੀਂ ਆ ਇੱਕ ਬਲਾਕ ਦੇ ਵਿੱਚ ਮੰਨ ਕੇ ਚੱਲੀਏ ਜੇ 23 ਜ਼ਿਲ੍ਹੇ ਹੈਗੇ ਆ ਪੰਜਾਬ ਦੇ ਇੱਕ ਬਲਾਕ ਦੇ ਵਿੱਚ 70 ਜਾਂ 75 ਪਿੰਡ ਆਉਣੇ ਆ 60 ਵੀ ਹੋ ਸਕਦੇ ਆ 75 ਪਲੱਸ ਵੀ ਹੋ ਸਕਦੇ ਆ ਉੱਥੇ ਮਸ਼ੀਨਾਂ ਕਿਤੇ ਦੋ ਗਈਆਂ ਨੇ ਜਿਹੜੀਆਂ ਪਰਾਲੀ ਦੀਆਂ ਗੱਠਾਂ ਬਣਾਉਂਦੀਆਂ ਦੀ ਗੱਲ ਕੀਤੀ ਸੀ ਗੱਠਾ ਬਣਾਉਣ ਵਾਲੀ ਉਹ ਕਿੰਨੀਆਂ ਕਿ ਫਿਰਦੀਆਂ ਸੀਗੀਆਂ ਮੈਂ ਉਹ ਹੀ ਦੱਸਣ ਲੱਗਿਆ ਨਾ ਉਹ ਕਿਉਂਕਿ ਗਰਾਊਂਡ ਤੇ ਜਿਹੜੀ ਗੱਲ ਹੈਗੀ ਆ ਉਹ ਟੀਵੀਆਂ ਤੇ ਕੁਝ ਹੋਰ ਹੈਗੀ ਆ ਸਰਕਾਰਾਂ ਬਹੁਤ ਕੁਝ ਕਰਕੇ ਵਿਖਾ ਦੇਣੀਆਂ ਤੇ ਇੱਕ ਬਲਾਕ ਦੇ ਵਿੱਚ 75 ਪਿੰਡਾਂ ਨੂੰ ਦੋ ਜਾਂ ਤਿੰਨ ਮਸ਼ੀਨਾਂ ਚਾਰ ਮਸ਼ੀਨਾਂ ਵੀ ਦੇ ਦੋਗੇ ਕਿਵੇਂ ਸਰਵਾਈਵ ਕਰ ਜਾਣਗੇ ਕਿਸਾਨ ਕਿਵੇਂ ਚੱਕ ਲੈਣਗੇ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਆ ਬੇਮੌਸਮੀ ਬਰਸਾਤ ਹੋ ਜਵੇ ਤਾਂ ਕਿਸਾਨ ਨੂੰ ਵੱਡੀ ਪ੍ਰੋਬਲਮ ਆ ਜਿਹੜੇ ਗਾਂਵ ਬਦੂ ਕਿਸਾਨ ਨੇ ਆਲੂਆਂ ਦੀ ਖੇਤੀ ਕਰਦੇ ਨੇ ਆਲੂਆਂ ਦੀ ਖੇਤੀ ਤੋਂ ਬਾਅਦ ਉਹਨੇ ਮੱਕੀ ਕਰਨੀ ਹੁੰਦੀ ਆ ਇੱਕ ਇੱਕ ਦਿਨ ਦਾ ਲਾਹਾ ਹੁੰਦਾ ਇੱਕ ਇੱਕ ਘੰਟੇ ਦਾ ਲਾਹਾ ਹੁੰਦਾ ਪਰ ਜਦੋਂ ਸਰਕਾਰਾਂ ਆਪਣੀ ਗੱਲ ਤੇ ਸਮਰੱਥੇ ਨਹੀਂ ਹੈਗੀਆਂ ਉਹ ਕੁਛ ਕੁਛ ਏਕੜ ਦੀ ਖੇਤੀ ਕਹਿ ਸਕਦੇ ਆ ਜャ ਤੁਹਾਨੂੰ ਉਹਨਾਂ ਨੇ ਬੋਲ ਬਣਾ ਕੇ ਦਿਖਾ ਦਿੱਤੀ ਉਹ ਛੋਟੀ ਗੱਲ ਹੈਗੀ ਆ ਇੰਨਾ ਉਹਦੇ ਤਦਾਦ ਦੇ ਵਿੱਚ ਜਿਹੜਾ ਉਹਦੀ ਸਾਂਭ ਸੰਭਾਲ ਕਰਨੀ ਆ ਅਸੀਂ ਫੇਰ ਕਹਿੰਦੇ ਆ ਸਰਕਾਰ ਸਾਨੂੰ 2400 ਰੁਪਏ ਏਕੜੀ ਦੇ ਦੇਵੇ ਮੋਟੇ ਤੌਰ ਤੇ ਪੰਜਾਬ ਦੇ ਵਿੱਚ ਤੁਹਾਡੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਕਿੰਨਾ ਰਕਬਾ ਹੈਗਾ ਜਿਹੜਾ ਕਿ ਰੈਂਦਖੂਨ ਦੇ ਵਿੱਚ ਤੇ ਕਿੰਨੇ ਕੁ ਕੁਇੰਟਲ ਬਣ ਜੇ ਮੋਟਾ-ਮੋਟਾ ਹਿਸਾਬ ਮੋਟਾ-ਮੋਟਾ ਹਿਸਾਬ ਦੇਖੋ ਇਹਦੇ ਬਾਰੇ ਪ੍ਰੋਪਰ ਨਹੀਂ ਆਪਾਂ ਅੰਦਾਜ਼ਾ ਲਗਾ ਸਕਦੇ ਪਰ ਜਿੱਕਣ ਮੈਂ ਖੁਦ ਖੇਤੀ ਕਰਦਾ ਮੈਂ ਆਪਣਾ ਅੰਦਾਜ਼ਾ ਲਗਾ ਸਕਦਾ ਕਿਉਂਕਿ ਬਹੁਤ ਸਾਰਾ ਕਲੇ ਰੈਂਦ ਖੂਨ ਦਾ ਬਹੁਤ ਸਾਰੀ ਜਿਹੜੀ ਹੈਗੀ ਆ ਬਾਸਮਤੀ ਦੇ ਰਕਬੇ ਚ ਵੀ ਚਲੇ ਜਾਂਦੀ ਆ ਜਿਹੜਾ ਬਾਸਮਤੀ ਦਾ ਰਕਬਾ ਹੁੰਦਾ 11 21 17 18 ਜਿਹੜੀਆਂ ਇਹ ਹੈਗੀਆਂ ਝੋਨਾ ਹੈਗਾ ਬਾਸਮਤੀ ਦਾ ਉਹ ਜ਼ਿਆਦਾ ਲੇਬਰ ਕੱਢਦੀ ਹੈਗੀ ਆ ਉਹਦੇ ਵਿੱਚ ਤਾਂ ਫਿਰ ਪ੍ਰਾਲੀ ਦਾ ਕੋਈ ਕੋਈ ਗੱਲੇ ਬਣਦੀ ਨਹੀਂ ਹੈਗੀ ਹਾਂ ਜੀ ਔਰ ਦੂਜਾ ਬਹੁਤ ਸਾਰੇ ਕੋਸ਼ਿਸ਼ ਕਰਦੇ ਨੇ ਕਿਸਾਨ ਜਿਨ੍ਹਾਂ ਕੋਲ ਜਿਹੜੇ ਜਿਨ੍ਹਾਂ ਕੋਲ ਮਸ਼ੀਨਰੀ ਵੀ ਹੈਗੀ ਆ ਵੱਡੇ ਟਰੈਕਟਰ ਨੇ ਉਹਦਾ ਕੋਈ ਨਾ ਕੋਈ ਮਸਲਾ ਕਿਸਾਨ ਆਪ ਚਾਹੁੰਦਾ ਦੇਖੋ ਪਰ ਇੱਕ ਗੱਲ ਜ਼ਰੂਰ ਹੈਗੀ ਆ ਜਿਹੜਾ ਛੋਟਾ ਕਿਸਾਨ ਆ ਉਹ ਨਾ ਤਾਂ ਉਹਦੇ ਕੋਲ ਉਹਦਾ ਟਰੈਕਟਰ ਹੈਗਾ ਮੰਨ ਲਓ ਇਹਨਾਂ ਨੇ ਸਾਈਟੀਆਂ ਦੇ ਵਿੱਚ ਜਾਂ ਕਿਤੇ ਇੱਕ ਜਗ੍ਹਾ ਬਲੌਕ ਦੇ ਵਿੱਚ ਇਹਨਾਂ ਨੇ ਵੱਡੀਆਂ ਮਸ਼ੀਨਰੀਆਂ ਦੇ ਦਿੱਤੀਆਂ ਹੈਪੀ ਸੀਡਰ ਕਹਿ ਲਈਏ ਕੁਝ ਵੀ ਕਹਿ ਲਈਏ ਪਰ ਹੈਪੀ ਸੀਡਰ ਨੂੰ ਖਿੱਚਣੇ ਨੂੰ ਵੀ ਤਾਂ 60 65 ਜਿਹੜਾ ਹੈਗਾ ਉਹਨੇ ਆਪ ਦੀ ਸਬਸਿਡੀ ਦੇ ਦੇਣਗੇ ਸਬਸਿਟੀਆਂ 'ਚ ਵੀ ਅਸੀਂ ਵੱਡੇ ਕੱਪੜੇ ਕੀਤੇ ਤੇ ਵੀ ਤੁਸੀਂ ਸਬਸਿ ਕਿਸਾਨ ਕਿਤੋਂ ਵੀ ਲਵੇ ਤੁਸੀਂ ਤਾਂ ਸਬਸਿਟੀ ਦੇਣੀ ਆ ਪਰ ਉਹਦੇ ਲਈ ਗਿਣ ਮਿੰਟ ਕੇ ਵੀ ਇਹ ਜਗ੍ਹਾ ਤੋਂ ਹੀ ਤੁਸੀਂ ਚੀਜ਼ ਖਰੀਦ ਸਕਦੇ ਆ ਤਾਂ ਸਬਸਿਟੀ ਦਵਾਂਗੇ ਇਹ ਵੀ ਕਿਤੇ ਨਾ ਕਿਤੇ ਸਰਕਾਰ ਤੇ ਉਂਗਲ ਉੱਠਦੀ ਹੈਗੀ ਆ ਜਿਹੜੀ ਚੀਜ਼ ਲੱਖ ਰੁਪਏ ਦੀ ਆ ਮੰਨ ਲਓ ਰੋਟਾਵੇਟਰ ਲਾ ਲਈ ਹੈਪੀ ਸੀਡਰ ਲਾ ਲਈਏ ਜੇ ਹੈਪੀ ਸੀਡਰ 2 ਲੱਖ ਦਾ ਤਾਂ ਕਿਸਾਨ ਨੂੰ 2 40 ਦਾ ਮਿਲੂਗਾ ਤੇ ਫਿਰ ਸਬਸਿਟੀ ਕਿੱਥੇ ਜਾਊਗੀ ਸੋ ਕਹਿਣ ਤੋਂ ਭਾਵ ਇਹਦੇ ਵਿੱਚ بڑا ਬੈਕ ਤੇ ਕੁਝ ਹੋਰ ਆਏਗਾ ਪਰ ਹਰ ਇੱਕ ਨੂੰ ਵੱਡੀ ਮਸ਼ੀਨਰੀ ਲੈਣਾ ਅੱਜ 14 ਲੱਖ ਦਾ ਟਰੈਕਟਰ ਕਿਹੜਾ ਲੈ ਲਊਗਾ ਜੀ ਸਰਕਾਰ ਆਪਣੀ ਸਬਸਿਡੀ ਨਹੀਂ ਪਰ ਸਰਕਾਰ ਨੂੰ ਇੱਧਰ ਪੈਸੇ ਲਾਉਣੇ ਦੀ ਬਜਾਏ ਸਰਕਾਰ ਨੂੰ ਜੋ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਜਾਂ ਐਨਜੀਟੀ ਨੇ ਕਿਹਾ ਉਹਦੇ ਕੰਨੀ ਧਿਆਨ ਦੇਣਾ ਚਾਹੀਦਾ ਕਿਸਾਨ ਬੜਾ ਵੇਰ ਆ ਕਿਸਾਨ ਕਿਉਂ ਜੀ ਸਭ ਤੋਂ ਪਹਿਲਾਂ ਜਦੋਂ ਆਪ ਦੇ ਰਹਿਣ ਖੂਨ ਨੂੰ ਅੱਗ ਲਾਊਗਾ ਸਭ ਤੋਂ ਪਹਿਲਾਂ ਦਿੱਲੀ ਦੀ ਹਿੱਕ 'ਚ ਤਾਂ ਨਹੀਂ ਪੱਜਣਾ ਜਿਹੜਾ ਕਿਸਾਨ ਲਾਊਗਾ ਮੈਂ ਅੱਗ ਲਾਵਾਂ ਤਾਂ ਮੇਰੇ ਨੱਕ 'ਚ ਜਾਊ ਅੱਖਾਂ 'ਚ ਜਾਊ ਫੇਫੜਿਆਂ 'ਚ ਮੇਰੇ ਜਾਊਗਾ ਨਾ ਸਾਡਾ ਬੱਚਾ ਲਾਊਗਾ ਕੋਈ ਵੀ ਕਿਸਾਨ ਕਰਦਾ ਪੰਜਾਬ ਦਾ ਤਾਂ ਸਭ ਤੋਂ ਪਹਿਲਾਂ ਧੂਆਂ ਤਾਂ ਉਹਦੇ ਜਾਊਗਾ ਉਹਨੂੰ ਆਪਣੇ ਸਰੀਰ ਦੀ ਲੋੜ ਨਹੀਂ ਆ ਕੋਈ ਕਈ ਵਾਰ ਮਜਬੂਰੀਆਂ ਸਾਰਾ ਕੁਝ ਕਰਾਉਣੀ ਆ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਕਹੀ ਜਦੋਂ ਸੁਧੀਰ ਅਗਰਵਾਲ ਹੋਰਾਂ ਨੇ ਉਹ ਜਦੋਂ ਆਪਣੀ ਉਹ ਦਿੱਲੀ ਗੱਲ ਕਰ ਰਹੇ ਸੀ ਕਹਿੰਦੇ ਅਸੀਂ ਇਹਦੀ ਹਮਾਇਤ ਤਾਂ ਨਹੀਂ ਕਰਦੇ ਕੀ ਪਰਾਲੀ ਜਿਹੜੀ ਉਹ ਸਾੜਨੀ ਚਾਹੀਦੀ ਹੈ ਤੁਸੀਂ ਤੁਸੀਂ ਵੀ ਕਿਸਾਨਾਂ ਨੂੰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਤੁਸੀਂ ਵੀ ਕੋਸ਼ਿਸ਼ਾਂ ਕਰ ਰਹੇ ਹੋ ਵੀ ਆ ਇਸ ਨੂੰ ਕਿਸੇ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ ਔਰ ਸਰਕਾਰਾਂ ਨੂੰ ਵੀ ਇਸ ਚੀਜ਼ ਦੀ ਮਦਦ ਕਰਨੀ ਚਾਹੀਦੀ ਹੈ ਪਰ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਹਿੰਦੇ ਦਿੱਲੀ ਜਿੱਥੇ ਤੱਕ ਜੇ ਜੇ ਗੱਲ ਕਰੀਏ ਇੱਕ ਪਾਸੇ ਤਾਂ ਉਹਦੇ ਨਾਲ ਥੋੜੀ ਜਿਹੀ ਨੁੱਕਰ ਰਾਜਸਥਾਨ ਦੀ ਲੱਗਦੀ ਹੈ ਇੱਕ ਪਾਸੇ ਜਿਹੜਾ ਉਹਦੇ ਨਾਲ ਹਰਿਆਣਾ ਪੂਰਾ ਲੱਗਦਾ ਹੈ ਇੱਕ ਪਾਸੇ ਤੋਂ ਦਿੱਲੀ ਨਾਲ ਯੂਪੀ ਲੱਗਦਾ ਹੈ ਪੰਜਾਬ ਦਾ ਤਾਂ ਕੋਈ ਹਿੱਸਾ ਲੱਗਦਾ ਹੀ ਨਹੀਂ ਹੈਗਾ ਮਤਲਬ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਜੇ ਰਾਜਸਥਾਨ ਲੱਗਦਾ ਤਾਂ ਰਾਜਸਥਾਨੀ ਨੁਕਰ ਰਾਜਸਥਾਨ ਨੂੰ ਵੀ ਥੋੜਾ ਇਫੈਕਟ ਕਰਨਾ ਚਾਹੀਦਾ ਹੈ ਕਿਸਾਨ ਸੌਰੀ ਧੂਏ ਨੇ ਕਿਸੇ ਤਰੀਕੇ ਦੇ ਨਾਲ ਜੇ ਹਰਿਆਣਾ ਤੇ ਹਰਿਆਣਾ ਦਾ ਪੂਰੇ ਲੰਘ ਕੇ ਜਾਏਗਾ ਧੂਆ ਉਧਰ ਨਾਲ ਜੇ ਯੂਪੀ ਲੱਗਦਾ ਤਾਂ ਯੂਪੀ ਨੂੰ ਵੀ ਇਫੈਕਟ ਕਰਨਾ ਚਾਹੀਦਾ ਉਹਨਾਂ ਤਿੰਨਾਂ ਦੀ ਹਰਿਆਣਾ ਦੇ ਵਿੱਚ ਤੁਹਾਡੇ ਭਾਈਵੰਦੂ ਬੈਠੇ ਨੇ ਤੁਹਾਡੇ ਮੋਰਚਿਆਂ ਦੇ ਵਿੱਚ ਤੁਹਾਡੇ ਨਾਲ ਬੈਠਦੇ ਨੇ ਤੁਹਾਡਾ ਧੂਆ ਉਹ ਨਾ ਕੰਨੀ ਨਹੀਂ ਜਾਂਦਾ ਇੱਕ ਸਵਾਲ ਦੂਜਾ ਸਵਾਲ ਹੈ ਕਿ ਜਿਹੜਾ ਹਰਿਆਣਾ ਦਾ ਕਿਸਾਨ ਹੈ ਕੀ ਉਹ ਪਰਾਲੀ ਨਹੀਂ ਸਾੜਦਾ ਉਹ ਕਿਦਾਂ ਸੰਭਾਲਦਾ ਨੂੰ ਉਹ ਕੀ ਕਰਦਾ ਦੇਖੋ ਜਿਹੜਾ ਹਰਿਆਣੇ ਦੀ ਗੱਲ ਹੈਗੀ ਆ ਪਰਾਲੀ ਨੂੰ ਅੱਗ ਹਰਿਆਣੇ ਚ ਵੀ ਲੱਗਦੀ ਹੈ ਇਹ ਜੀ ਗੱਲ ਨਹੀਂ ਬਹੁਤ ਜ਼ਿਆਦਾ ਰਕਬਾ ਜਿਹੜਾ ਹੈਗਾ ਉਹ ਬਾਸਮਤੀ ਦਾ ਵੀ ਕਰਦੇ ਆ ਪਰ ਮੈਂ ਤਾਂ ਪਹਿਲਾਂ ਇਹ ਕਲੀਅਰ ਕਹਿ ਚੁੱਕਿਆ ਨਾ ਜਿਹੜਾ ਕਿਸਾਨ ਦੇ ਪ੍ਰਦੂਸ਼ਣ ਦੀ ਗੱਲ ਆਉਂਦੀ ਉਹ ਸਿਰਫ 2-3% ਹੈਗਾ ਵਾ ਪਰ ਉਦੋਂ ਕਿਸ ਡਿਗਰੀਆਂ ਤੱਕ ਚਲੇ ਜਾਂਦਾ ਹੈਗਾ ਜਿਹੜਾ ਪ੍ਰਦੂਸ਼ਣ ਦਿੱਲੀ ਦਾ ਹੈਗਾ ਜਿਹੜੀ ਗੱਲ ਤੁਸੀਂ ਕਹੀ ਆ ਵੀ ਹਰਿਆਣਾ ਵੀ ਲੱਗਦਾ ਹੈਗਾ ਨਾਲ ਆਪਣੇ ਰਾਜਸਥਾਨ ਲੱਗਦਾ ਤੇ ਨਾਲ ਯੂਪੀ ਲੱਗਦਾ ਵਾ ਅਸਲ 'ਚ ਪੰਜਾਬ ਨਾਲ ਮਤਰਾਈ ਮਾਂ ਵਾਲਾ ਸਲੂਕ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਸਰਕਾਰ ਸੈਂਟਰ 'ਚ ਕੋਈ ਵੀ ਹੋਵੇ ਪੰਜਾਬ ਦੇ ਵਿੱਚ ਵੀ ਕੋਈ ਹੋਵੇ ਤਾਂ ਇਹ ਕਾਲੀ ਸਰਕਾਰ ਆਈ ਆ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਈ ਆ ਹੁਣ ਆਮ ਪਾਰਟੀ ਰਹੀ ਆ ਸੋ ਮੇਰੇ ਕਹਿਣ ਤੋਂ ਬਾਅਦ ਸਰਕਾਰਾਂ ਨੂੰ ਜਿਹੜੀ ਚੀਜ਼ ਦੀ ਜੜ ਲੱਭਣੀ ਚਾਹੀਦੀ ਆ ਵੀ ਅਸਲ 'ਚ ਪ੍ਰਦੂਸ਼ਣ ਹੋ ਕਿੱਥੋਂ ਰਿਹਾ ਪ੍ਰਦੂਸ਼ਣ ਦਾ ਇੰਨਾ ਜਿਹੜਾ ਅਸਰ ਦਿੱਲੀ ਦੇ ਵਿੱਚ ਆਉਂਦਾ ਪ੍ਰਦੂਸ਼ਣ ਆ ਕਿੱਥੋਂ ਰਿਹਾ ਉਹ ਚੀਜ਼ਾਂ ਤੋਂ ਧਿਆਨ ਹਟਾ ਕੇ ਸਿਰਫ ਇੱਕ ਕਿਸਾਨ ਨੂੰ ਟਾਰਗੇਟ ਕਰਨਾ ਮੈਂ ਕਹਿੰਨਾ ਖੇਤੀ ਸੈਕਟਰ ਦੇ ਵਿੱਚ ਪਤਾ ਨਹੀਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਜਾ ਤਾਂ ਜਿਹੜੇ ਇਹਨਾਂ ਦੇ ਖੇਤੀਬਾੜੀ ਮੰਤਰੀ ਚਾਹੇ ਸੈਂਟਰ ਦੇ ਆ ਚਾਹੇ ਪੰਜਾਬ ਦੇ ਹੈਗੇ ਆ ਇਹਨਾਂ ਨੂੰ ਸਮਝ ਨਹੀਂ ਹੈਗੀ ਅਸਲ 'ਚ ਕਿਸਾਨ ਨੂੰ ਟਾਰਗੇਟ ਕਰਨਾ ਜਾਂ ਜੇ ਪੰਜਾਬ ਦਾ ਕੋਈ ਸੀਐਮ ਹੈਗਾ ਕੋਈ ਵੀ ਕਿਸੇ ਸਰਕਾਰ 'ਚ ਰਿਹਾ ਹੋਵੇ ਖੇਤੀਬਾੜੀ ਮੰਤਰੀ ਰਿਹਾ ਹੋਵੇ ਅਗਰ ਪੰਜਾਬ ਤੇ ਅੰਗਰਠ ਦੀ ਬਦਨਾਮੀ ਤਾਂ ਉਹਨਾਂ ਦੀ ਵੀ ਹੁੰਦੀ ਆ ਪਰ ਪਤਾ ਨਹੀਂ ਕਿਉਂ ਦਿੱਲੀ ਦੇ ਹੱਥ ੋਕੇ ਬਣ ਕੇ ਪੰਜਾਬ ਤੇ ਹੀ ਸਾਰਾ ਕੁਝ ਇਹ ਘਾੜਾ ਘੜਿਆ ਜਾਂਦਾ ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਸ ਟਾਈਮ ਦੇ ਵਿੱਚ ਕਈ ਕਿਸਾਨ ਵਿਚਾਰੇ ਭੱਜਦੇ ਵੀ ਆ دہشت ਵਰਗਾ ਐਸਾ ਮਾਹੌਲ ਜਿਵੇਂ ਅਮਰਜੈਂਸੀ ਨਹੀਂ ਲੱਗੀ ਹੁੰਦੀ ਜਦੋਂ ਝੋਨਾ ਵੜਿਆ ਜਾਂਦਾ ਪੰਜਾਬ 'ਚ ਐ ਗੱਡੀਆਂ ਖੇਤਾਂ ਦੇ ਵਿੱਚ ਫਿਰਦੀਆਂ ਆਉਨੀਆਂ ਅਗਰ ਕੋਈ ਕਿੱਡੀ ਵੀ ਵਾਰਦਾਤ ਹੋ ਜਵੇ ਕਦੇ ਵੀ ਕਿਸਾਨ ਨੂੰ ਕੋਈ ਪ੍ਰੋਬਲਮ ਆ ਜਾਵੇ ਕਦੇ ਕਿਸੇ ਅਫੀਸਰ ਨੂੰ ਫੋਨ ਲਾ ਲਈਏ ਤਾਂ ਕਿਤੇ ਵੀ ਕੋਈ ਅਫੀਸਰ ਨਹੀਂ ਲੱਭਦਾ ਜਿਵੇਂ ਡਿਵੀਜ਼ਨ ਦੇ ਵਿੱਚ ਐਸ ਐਚ ਓ ਥਾਣਾ ਪੈਂਦਾ ਉਤੋਂ ਬਾਅਦ ਇੱਕ ਡੀ ਐਸ ਪੀ ਬੈਠਾ ਉਤੋਂ ਬਾਅਦ ਐਸ ਡੀ ਐਮ ਸਾਹਿਬ ਬੈਠੇ ਆ ਸਾਰੇ ਪੱਬਾਂ ਪਾਰ ਹੋਏ ਲੱਗੇ ਰਹਿੰਦੇ ਆ ਵੀ ਕਿੰਨੇ ਕਿਸਾਨਾਂ ਦੇ ਪਰਚੇ ਕਰਦੀਏ ਜਿਵੇਂ ਕਿਸਾਨ ਦਾ ਸ਼ਿਕਾਰ ਕਰਨਾ ਹੁੰਦਾ ਅਗਰ ਜਿਹੜਾ ਸ਼ੋਸ਼ਣ ਹੋਇਆ 5-7 ਸਾਲ ਜਦੋਂ ਪਰਚੇ ਕਰਨ ਲੱਗੇ ਨੇ ਤਾ ਉਹ 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 ਉਹਦਾ ਅੱਜ ਪਰਪਾਈ ਉਹਦੀ ਕੌਣ ਕਰੂਗਾ ਉਹਨਾਂ ਦੀ ਸ਼ੋਸ਼ਣ ਦਾ ਉਹਨਾਂ ਨੂੰ ਜਿਹੜਾ ਜਲੀਲ ਕੀਤਾ ਗਿਆ ਕਿਸਾਨ ਨੂੰ ਉਹਦਾ ਜ਼ਿੰਮੇਵਾਰ ਅਜ ਕੌਣ ਹੈ ਸਰਕਾਰਾਂ ਹੈਗੀਆਂ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਜਦੋਂ ਐਨਜੀਟੀ ਨੇ ਕਹੀ ਦਿੱਤਾ ਸਾਡਿਆਂ ਕਹਿਣਾ ਤਾਂ ਨਹੀਂ ਮੰਨਿਆ ਐਨਜੀਟੀ ਤਾਂ ਤਾਂ ਮੰਨਣਾ ਪਊਗਾ ਮਾਨਯੋਗ ਸੁਪਰੀਮ ਕੋਰਟ ਦਾ ਵੀ ਨਹੀਂ ਮੰਨਿਆ ਅਕਸਰ ਨੂੰ ਇਹ ਲੋਕਾਂ ਨੇ ਅਗਰ ਜਿਹੜੇ ਕਾਨੂੰਨ ਦੀ ਗੱਲ ਕਰਦੇ ਨੇ ਡੈਮੋਕ੍ਰੇਸੀ ਦੀ ਗੱਲ ਕਰਦੀਆਂ ਸਰਕਾਰਾਂ ਇਹਨਾਂ ਨੇ ਹੀ ਕਦੂਆਂ ਦੀਆਂ ਧੱਜੀਆਂ ੜਾਈਆਂ ਅਸੀਂ ਤਾਂ ਸਤਕਾਰ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦਾ ਪਰ ਇਹ ਤਾਂ ਮਾਨਯੋਗ ਸੁਪਰੀਮ ਕੋਰਟ ਤੇ ਵੀ ਨਹੀਂ ਖੜੀਆਂ ਜੇ ਉਹਨਾਂ ਨੇ ਸਾਨੂੰ 2400 ਏਕੜ ਦੇਣ ਦੀ ਗੱਲ ਕੀਤੀ ਸੀ ਇਹ ਕਿਤੇ ਉੱਥੋਂ ਵੀ ਭੱਜੇ ਆ ਕਿਸਾਨ ਤੇ ਬਾਧੂ ਖਰਚਾ ਪੈਂਦਾ ਚਾਹੇ ਉਹ ਮਸ਼ੀਨਰੀ ਲੈਣੇ ਦਾ ਹੋਵੇ ਚਾਹੇ ਉਹ ਪਰਾਲੀ ਚਕਾਉਣੇ ਦਾ ਹੋਵੇ ਹੁਣ ਸਾਡੇ ਕੋਲ ਆ ਕੇ ਡੀਸੀ ਸਾਹਿਬ ਜਾਂ ਐਸਟੀਐਮ ਸਾਹਿਬ ਕਹਿੰਦੇ ਨੇ ਤੁਸੀਂ ਪਰਾਲੀ ਦਾ ਹਿੱਲਾ ਕਰੋ ਕਈ ਵਾਰ ਅਸੀਂ ਡੀਸੀ ਸਾਹਿਬ ਆਨ ਚਾਹੇ ਲੇਡੀਜ਼ ਹੋਣ ਚਾਹੇ ਡੀਸੀ ਸਾਹਿਬ ਆਪ ਹੋਵੇ ਤਾਂ ਅਸੀਂ ਕਿਹਾ ਵੀ ਆਹ ਕਹੀ ਪਈ ਆ ਤੁਸੀਂ ਟੋਆ ਪਟਕੇ ਦੱਬ ਕੇ ਦਿਖਾ ਦਿਓ 24 ਕੁਇੰਟਲ ਕਿਵੇਂ ਦੱਬਦਾ ਸਾਨੂੰ ਸਿਖਾ ਦਿਓ ਨਾ ਸਾਨੂੰ ਵੀ ਦੱਸ ਦੋ ਵੀ ਕਿਵੇਂ ਕਰਾਂ ਸੋ ਕਹਿਣ ਤੋਂ ਬਾਅਦ ਗਰਾਊਂਡ ਤੇ ਕੁਝ ਹੋਰ ਆ ਪਰ ਉਹ ਕਹਿੰਦੇ ਸਾਡੀ ਮਜਬੂਰੀ ਆ ਮੈਂ ਕਿਹਾ ਤੁਹਾਡੀ ਮਜਬੂਰੀ ਕਿਸਾਨਾਂ ਤੇ ਪਰਚਾ ਕਰਨੇ ਦੀ ਆ ਕਿਸਾਨਾਂ ਨੂੰ ਬਦਨਾਮ ਕਰਨੇ ਦੀ ਆ ਔਰ ਕਿਸਾਨਾਂ ਨੂੰ ਜਲੀਲ ਕਰਨੇ ਦੀ ਉਹ ਤੁਹਾਡੀਆਂ ਡਿਊਟੀਆਂ ਲੱਗੀਆਂ ਆ ਅਕਸਰ ਨੂੰ ਅਕਸਰ ਵੀ ਆ ਅਫਸਰ ਨੂੰ ਜਦੋਂ ਕੋਈ ਗੱਲ ਥੱਲੇ ਡੀਸੀ ਸਾਹਿਬਾਨਾਂ ਨੂੰ ਸਰਕਾਰ ਦੇ ਆਰਡਰ ਆਉਂਦੇ ਨੇ ਤਾਂ ਘੱਟ ਤੇ ਘੱਟ ਡੀਸੀ ਸਾਹਿਬਾਨਾਂ ਦੀ ਵੀ ਜਦੋਂ ਮੀਟਿੰਗ ਹੁੰਦੀ ਆ ਸਰਕਾਰਾਂ ਨਾਲ ਉਹਨਾਂ ਨੂੰ ਵੀ ਆਪਣੇ ਪੱਖ ਰੱਖਣੇ ਚਾਹੀਦੇ ਆ ਨਾ ਗੱਲ ਹੀ ਤਲਵਾ ਗੁਰਿੰਦਰ ਜੀ ਗੁਰਿੰਦਰ ਜੀ ਪਿਛਲੇ ਦਿਨ ਇੱਕ ਹੋਰ ਚੀਜ਼ ਦੇਖੀ ਆ ਕਿ ਇਸ ਆ ਕੁਝ ਖਬਰਾਂ ਵੀ ਨਸ਼ਰ ਹੋਈਆਂ ਸੀ ਅਸੀਂ ਵੀ ਕਿਤੇ-ਕਿਤੇ ਲੰਘੇ ਆ ਪਿੰਡਾਂ 'ਚੋਂ ਦੇਖਿਆ ਜਿਹੜੇ ਅੱਗੇ ਨੇ ਜੀ ਉਹ ਨਿਕਲ ਕੇ ਕਿਵਰੀ ਐ ਬਾਹਰ ਨੂੰ ਆਂਦੀ ਹੁੰਦੀ ਹੈ ਕਿ ਕੋਲ ਤਾਰਾਂ ਵੀ ਜਾ ਰਹੀਆਂ ਨੇ ਕੋਰ ਹੋਰ ਕੁਛ ਵੀ ਖੇਤਾਂ ਦੇ ਜਾ ਰਿਹਾ ਹੈ ਜਾਂ ਪੇੜ ਲਾਏ ਹੁੰਦੇ ਆ ਜਿਹੜੇ ਸਰਕਾਰੀ ਪੇੜ ਵੀ ਲਾਏ ਹੋਏ ਨੇ ਉਹ ਵੀ ਭਖਦੇ ਹੋਏ ਦਿਖਾਈ ਦੇ ਕੋਈ ਇਹੋ ਜਿਹੇ ਨੁਕਸਾਨ ਵੀ ਹੋ ਜਾਂਦੇ ਆ ਫਿਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾਵੇ ਉਹ ਵੀ ਹੈ ਤਾਂ ਗੜਬੜ ਹੈ ਨਾ ਜੀ ਉਹ ਵੀ ਉਹ ਦੇਖੋ ਜੀ ਅਸੀਂ ਬਿਲਕੁਲ ਇੱਥੇ ਕਲੀਅਰ ਕਰਾਂਗੇ ਆ ਉਹ 'ਚ 1-2% ਹੈਗੇ ਆ ਕਿਉਂਕਿ ਜਿਹੜਾ ਕਣਕ ਦਾ ਨਾੜਾ ਉਹਨੂੰ ਅੱਗ ਲਾਉਣਾ ਤਾਂ ਜੋ ਕਿਸਾਨ ਅੱਗ ਲਾਉਂਦਾ ਉਹਦੀ ਬਹੁਤ ਗਲਤ ਗੱਲ ਹੈਗੀ ਆ ਅਗਰ ਉਹ ਸੜਕ ਦੇ ਨਾਲ ਅੱਗ ਲਾਉਂਦਾ ਹਰ ਇੱਕ ਕਿਸਾਨ ਕੋਲ ਸਾਰਾ ਸੰਦਾ ਹੈਗਾ ਉਹਦੇ ਕੋਲ ਹਾਲ ਹੈਗੇ ਉਹਦੇ ਕੋਲ ਤਵੀਆਂ ਹੈਗੀਆਂ ਰੋਟਾਵੇਟਰ ਹੈਗਾ ਉਹ ਇੱਕ ਦੋ ਉੱਕਾ ਦੁੱਕਾ ਜਾਂ 1 ਅੱਧਾ ਪਰਸੈਂਟ ਜੇ ਕਿਸਾਨ ਗਲਤੀ ਕਰਦਾ ਉਹ ਫਿਰ ਪੂਰੇ ਉਹਨੂੰ ਨਾ ਕਿਸਾਨੀ ਨੂੰ ਨਾ ਟਾਰਗੇਟ ਕੀਤਾ ਜਾਵੇ ਅਸੀਂ ਤਾਂ ਉਹਨਾਂ ਨੂੰ ਵੀ ਟੀਵੀਾਂ ਤੇ ਤੁਹਾਡੇ ਸਾਹਮਣੇ ਮਾディアਮ ਤੇ ਬੋਲਦੇ ਆ ਵੀ ਝੋਨੇ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ ਪਰ ਕਣਕ ਦੇ ਨਾਲ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਨਹੀਂ ਹੈ ਉਹਦਾ ਉਹਦਾ ਅਸੀਂ ਵੇਅਰ ਕਰਦੇ ਆ ਜਾਂ ਸਰਕਾਰ ਨੂੰ ਵੀ ਕਰਨਾ ਚਾਹੀਦਾ ਦੇਖੋ ਜਾਣ ਬੁੱਝ ਕੇ ਨਹੀਂ ਇੱਕ ਕਿਸਾਨ ਗਲਤੀ ਕਰ ਸਕਦਾ ਅਸੀਂ ਤਾਂ ਅੱਗ ਲਾਉਣਾ ਜਿਹੜਾ ਕਣਕ ਦੇ ਨਾਲ ਨੂੰ ਅੱਗ ਲਾਉਣੇ ਨੂੰ ਕਹੀ ਨਹੀਂ ਰਹੇ ਅਸੀਂ ਵੀ ਵੇਅਰ ਕਰ ਰਹੇ ਆ ਪਰ ਤੁਹਾਡੇ ਮਾਦੀਮਰਾ ਵੀ ਇਹ ਵੀ ਅਪੀਲ ਕਰਦੇ ਆ ਜਿਸ ਜਗ੍ਹਾ ਤੇ ਇਹ ਕੁਛ ਹੁੰਦਾ ਔਰ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਆ ਪਰ ਉਹਦੀ ਘਟਨਾ ਕੁਝ ਹੋਰ ਹੁੰਦੀ ਆ ਪਰ ਇਹ ਵੀ ਅਸੀਂ ਮੁੱਕਰਦੇ ਨਹੀਂ ਹੈ ਜੇ ਕੋਈ ਕਿਸਾਨ ਗਲਤ ਕਰਦਾ ਸਾਰੇ ਕਿਸਾਨਾਂ ਨੂੰ ਉਹ ਇੱਕ ਰਸੇ ਨਾਲ ਨਹੀਂ ਬੰਨਿਆ ਜਾਣਾ ਚਾਹੀਦਾ ਸੋ ਕਹਿਣ ਤੋਂ ਭਾਵ ਤੁਹਾਡੇ ਮਾਧਿਅਮ ਨੇ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਜਦੋਂ ਤੁਸੀਂ ਗਲਤੀ ਕਰਦੇ ਹੋ ਸਾਨੂੰ ਪ੍ਰੈਸ ਤੇ ਵੀ ਸਵਾਲ ਹੁੰਨੇ ਆਂ ਜਦੋਂ ਕਦੇ ਸਰਕਾਰਾਂ ਨਾਲ ਮੀਟਿੰਗ ਹੁੰਦੀ ਆ ਤਾਂ ਕਿਤੇ ਨ ਕਿਤੇ ਉਹ ਵੀ ਸਾਡੇ ਤੇ ਸਵਾਲ ਕਰਦੇ ਆਂ ਚਾਹੇ ਸਾਹਮਣੇ ਅਫੀਸਰ ਕਿਸਾਨ ਹੀ ਹੋਵੇ ਉਹ ਕਹਿੰਦਾ ਅਸੀਂ ਜਾ ਕੇ ਕਿਤੇ ਜੂਨੀਅਨਾਂ ਕਿਤੇ ਜਾ ਕੇ ਅਸੀਂ ਖੜਕੇ ਅੱਗ ਤਾਂ ਨਹੀਂ ਲਾਉਂਦੇ ਹੈ ਵੀ ਕਣਕ ਦੇ ਨਾਲ ਨੂੰ ਅੱਗ ਲਾਓ ਸੋ ਅਸੀਂ ਕਹਿਣ ਦਾ ਭਾਵ ਝੋਨੇ ਨੂੰ ਲਾਉਣਾ ਸਾਡੀ ਜਿਹੜਾ ਫੂਸ ਆ ਉਹਨੂੰ ਜਿਹੜੀ ਰਹਿਣ ਖੂਨ ਦਾ ਉਹਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ ਕਣਕ ਦੇ ਨਾਲ ਨੂੰ ਅੱਗ ਲਾਉਣਾ ਸਾਡੀ ਕੋਈ ਮਜਬੂਰੀ ਨਹੀਂ ਹੈਗੀ ऐसे ਗੱਲਾਂ ਤਾਂ ਬਾਰ-ਬਾਰ ਹੀ ਆਂਦੀਆਂ ਸਵਾਲ ਵੀ ਬੜੇ ਸਾਲਾਂ ਦਾ ਤੁਰੇ ਚੱਲੇ ਆਂਦਾ ਫੇਰ ਪਤਾ ਨਹੀਂ ਅੱਗੇ ਆ ਜਾਂਦਾ ਔਰ ਆਉਣਾ ਹੀ ਪਏਗਾ ਕਿਉਂਕਿ ਜਦੋਂ ਤੱਕ ਚੀਜ਼ਾਂ ਦੇ ਹੱਲ ਨਹੀਂ ਹੁੰਦੇ ਸਵਾਲ ਤਾਂ ਹੋਣਗੇ ਅਰ ਜਦੋਂ ਤਾਂ ਗੱਲ ਕੀਤੀ ਜਾਵੇ ਡਾਇਵਰਸੀਫਿਕੇਸ਼ਨ ਦੀ ਬਾਰ-ਬਾਰ ਫਸਲ ਦੀ ਡਾਇਵਰਸੀਫਿਕੇਸ਼ਨਾਂ ਦੀ ਗੱਲ ਕੀਤੀ ਜਾਂਦੀ ਹੈ ਤੁਹਾਨੂੰ ਅਸੀਂ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਜਦੋਂ ਸਰਕਾਰਾਂ ਨਾਲ ਮੀਟਿੰਗਾਂ ਹੁੰਦੀਆਂ ਸੀ ਜਾਂ ਇਵਨ ਤੁਸੀਂ ਸਾਡੀਆਂ ਆਪਣੀਆਂ ਮੀਟਿੰਗਾਂ ਕਿਸਾਨ ਭਵਨ ਚੰਡੀਗੜ੍ਹ ਹੁੰਦੀਆਂ ਨੇ ਜਾਂ ਸਰਕਾਰਾਂ ਦੇ ਨਾਲ ਕਾਂਗਰਸ ਭਵਨ ਹੁੰਦੇ ਸੌਰੀ ਪੰਜਾਬ ਭਵਨ ਹੁੰਦੀਆਂ ਨੇ ਹੋਰ ਕਈ ਜਗਾਵਾਂ ਤੇ ਹੁੰਦੀਆਂ ਨੇ ਸਰਕਾਰ ਜਦੋਂ ਬੁਲਾਉਂਦੀ ਹੈ ਮੀਟਿੰਗਾਂ ਦੇ ਵਿੱਚ ਜਾਂ ਫਿਰ ਜਿਹੜਾ ਕੇਂਦਰ ਦੇ ਆਏ ਸੀਗੇ ਉਦੋਂ ਤੁਹਾਡੀਆਂ ਉਹਨਾਂ ਨਾਲ ਮੀਟਿੰਗਾਂ ਹੋਈਆਂ ਡਾਇਵਰਸੀਫਿਕੇਸ਼ਨ ਦੀ ਗੱਲ ਤਾਂ ਚੱਲਦੀ ਹੈ ਪਰ ਅੜਿੱਕੇ ਉਹੀ ਗੱਲ ਆ ਰਹੀ ਹੈ ਵੀ ਡਾਇਵਰ ਉਹ ਜਿਹੜਾ ਆਪਣਾ ਫਾਰਮੂਲਾ ਦਿੰਦੇ ਨੇ ਚੀਜ਼ਾਂ ਨੂੰ ਬਦਲਦਾ ਕਿਉਂਕਿ ਮੰਗੀ ਜਾਂ ਫਿਰ ਪਿੱਛੇ ਵੀ ਨਵੀਆਂ-ਨਵੀਆਂ ਵਾਅਦਾ ਕੀਤਾ ਉਹਨਾਂ ਨੇ ਆਪਣੇ ਐਮਆਰਪੀ ਐਮਐਸਪੀ ਚ ਵਾਅਦਾ ਕੀਤਾ ਕਿ 23 ਫਸਲਾਂ ਦੀ ਗੱਲ ਕਰਦੇ ਨੇ ਪਰ ਉਹ ਡਾਇਵਰਸਟੀਫਿਕੇਸ਼ਨ ਵਾਲੇ ਅਸਲੀ ਤੌਰ ਤੇ ਜਿਹੜਾ ਫਸਲੀ ਚੱਕਰ ਦੋ ਨੂੰ ਰੋਕ ਸਕੇ ਉਹ ਗੱਲ ਬਣ ਨਹੀਂ ਰਹੀ ਇਹ ਜਿਹੜਾ ਮੋਰਚਾ ਲੱਗਿਆ ਆਪਾਂ ਮੈਂ ਮੈਥੇ ਸ਼ੰਭੂ ਬਾਰਡਰ ਤੇ ਬੈਠੇ ਆ ਇੱਕ ਤਾਂ ਜਿਹੜਾ 2020 ਦੇ ਵਿੱਚ ਦਿੱਲੀ ਦੇ ਵਿੱਚ ਅਧੋਲਨ ਚੱਲਿਆ ਸੀ ਅਧੋਲਨ ਬਾਨਾ ਉਹਦੇ ਵਿੱਚ ਚਲੋ ਸਾਡੇ ਆਗੂ ਜਿਹੜੇ ਸੀਗੇ ਬੜੇ ਸਮਝਦਾਰ ਸੀਗੇ ਅਗਰ ਹੋਰ ਬੈਠਣੇ ਦੀ ਸਾਨੂੰ ਸਮੇਂ ਦੀ ਲੋੜ ਸੀਗੀ ਕੁਝ ਲਖੀਮਪੁਰ ਦਾ ਅਖੀਰੀ ਦਾ ਇਨਸਾਫ ਜਿਹੜਾ ਲੈਣਾ ਸੀਗਾ ਹੁਣ ਐਮਐਸਪੀ ਦੀ ਗਰੰਟੀ ਤੇ ਆ ਜੇ ਜਿਹੜੀ ਤੁਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਅਗਰ 23 ਫਸਲਾਂ ਤੇ ਐਮਐਸਸੀ ਤਾਂ ਪਹਿਲਾਂ ਵੀ ਮਿਲਦੀ ਐ ਐਮਐਸਪੀ ਔਰ ਵਾਅਦਾ ਕੀਤਾ ਜੀ ਉਹਦਾ ਹਾੜੀ ਸੋਣੀ ਵਾਅਦਾ ਹੁੰਦਾ ਪਰ ਇਹ ਜਦੋਂ ਖਾਦਾਂ ਦਾ ਜਦੋਂ ਸੂਚਕ ਅੰਕ ਨਾਲ ਜੋੜ ਲੀਏ ਤਾਂ ਉਸ ਹਿਸਾਬ ਨਾਲ ਵਾਅਦਾ ਨਹੀਂ ਜਿਹੜੀ ਮੰਗਾਈ ਆ ਉਹ ਇਹ ਤੋਂ ਕਿਤੇ ਗੁਣਾ ਜ਼ਿਆਦਾ ਮਹਿੰਗਾ ਹੋ ਰਿਹਾ ਸਾਡੀਆਂ ਪੈਸਟੀਸਾਈਡ ਹੋ ਗਿਆ ਖਾਦਾਂ ਹੋ ਗਈਆਂ ਔਰ ਹੋਰ ਜਿਹੜੇ ਸੰਦ ਸਮਾਨ ਹੈਗੇ ਖੇਤੀਬਾੜੀ ਦੇ ਉਹ ਬੜੇ ਮਹਿੰਗੇ ਹੋ ਰਹੇ ਆ ਹੁਣ 117 ਰੁਪਿਆ ਵਾਧਾ ਕਰਿਆ ਕੋਈ ਤੀਰ ਨਹੀਂ ਮਾਰ ਲਿਆ ਸੈਂਟਰ ਸਰਕਾਰ ਨੇ ਘਰੋਂ ਨਹੀਂ ਦੇਣਾ ਆਏਗਾ ਪਰ ਮੇਰੇ ਕਹਿਣ ਤੋਂ ਭਾਵ ਜਿਹੜੇ ਇਹ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਇਹਨਾਂ ਨੂੰ ਡਾਇਵਰਸੀਫਿਕੇਸ਼ਨ ਦੀ ਸਾਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ ਸਾਨੂੰ ਡਾਇਵਰਸੀਫਿਕੇਸ਼ਨ ਕਰਨਾ ਆਉਂਦਾ ਅੱਜ ਵੀ ਅਸੀਂ ਡਾਇਵਰਸੀਫਿਕੇਸ਼ਨ ਲੱਗਿਆ ਹੁਣ ਡਾਇਵਰਸੀਫਿਕੇਸ਼ਨ ਦੀ ਐਗਜ਼ਾਮਪਲ ਦੰਨਾ ਤੁਹਾਨੂੰ ਅਸੀਂ ਗੰਨੇ ਦੀ ਖੇਤੀ ਕਰਦੇ ਹਾਂ ਜੀ ਉਹ ਵੀ ਤਾਂ ਇੱਕ ਡਾਇਵਰਸੀਫਿਕੇਸ਼ਨ ਆ ਨਾਲੇ ਸਾਨੂੰ ਸਾਲ-ਸਾਲ ਪੈਸਾ ਨਹੀਂ ਮਿਲਦਾ ਡੇਢ-ਡੇਢ ਸਾਲ ਵੀ ਕਿਤੇ ਨਿਕਲ ਜਾਂਦਾ ਕਿਸਾਨ ਸਬਰ ਕਰਦਾ ਨਾ ਉਹਦਾ ਸਾਡਾ ਪਾਣੀ ਵੀ ਧਰਤੀ ਦਾ ਘਟ ਲੱਗਦਾ ਗੰਨੇ ਨੂੰ ਔਰ ਦੂਜੀ ਗੱਲ ਮੱਕੀ ਦੀ ਖੇਤੀ ਕਰਦਾ ਉੱਥੇ ਉਹ ਵੀ ਤਾਂ ਡਿਵਰਸਿਫਿਕੇਸ਼ਨ ਆ ਆਲੂਆਂ ਦੀ ਖੇਤੀ ਕਰਦਾ ਉਹ ਵੀ ਤਾਂ ਡਿਵਰਸਿਫਿਕੇਸ਼ਨ ਆ ਔਰ ਜਿਹੜੀ ਮੂੰਗੀ ਦੀ ਖੇਤੀ ਕਰਦਾ ਉਹ ਵੀ ਤਾਂ ਡਿਵਰਸਿਫਿਕੇਸ਼ਨ ਆ ਰੌਲਾ ਕੀ ਆ 23 ਫਸਲਾਂ ਤੇ ਐਮ ਐਸ ਪੀ ਗਾਰੰਟੀ ਕਾਨੂੰਨ ਹੋਣਾ ਚਾਹੀਦਾ ਪ੍ਰੋਕਿਊਰਮੈਂਟ ਹੋਣਾ ਚਾਹੀਦਾ ਗਾਰੰਟੀ ਖਰੀਦ ਹੋਣੀ ਚਾਹੀਦੀ ਜਾਂ ਤਾਂ ਕਿਸਾਨ ਤਾਂ ਪੀ ਆਜੂ ਡਿਵਰਸਿਫਿਕੇਸ਼ਨ ਬਾਰੇ ਔਰ ਤੁਹਾਨੂੰ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਦੰਨਾ ਫਾਜ਼ਿਲਗਾ ਜ਼ਿਲ੍ਹੇ ਦੀ ਮੈਂ ਸਮਝਦਾ ਵੀ ਉਹ ਫਾਜ਼ਿਲਗਾ ਜ਼ਿਲ੍ਹੇ ਦਾ ਜਿਹੜਾ ਪਾਣੀ ਧਰਤੀ ਦਾ ਹੈਗਾ ਖਰਾਬ ਹੈਗਾ ਤਦ ਡਿਵਰਸਿਫਿਕੇਸ਼ਨ ਤਾਂ ਉਹ ਲੋਕ 20 ਸਾਲ ਪਹਿਲਾਂ ਲਿਆਏ ਆ ਉਹਨਾਂ ਨੇ ਨਰਮੇ ਨੂੰ ਛੱਡ ਕੇ ਕਿੰਨੂ ਦੀ ਖੇਤੀ કરી ਕਿੰਗ ਮੰਨਿਆ ਗਿਆ ਤਾਂ ਫਿਰ ਕਿਸੇ ਨੇ ਬਾਹ ਫੜੀ ਕਿੰਨੂ ਵਾਲਿਆਂ ਦੀ ਸਭ ਤੋਂ ਕੁਆਲਟੀ ਵਾਲਾ ਠੀਕ ਹੈ ਨਾ ਕੁਆਲਟੀ ਵਾਲਾ ਕੈਲੀਫੋਰਨੀਆ ਤੱਕ ਦਾ ਨਾਮ ਦਿੱਤਾ ਗਿਆ ਔਰ ਦੂਜਾ ਉਹ ਤੋਂ ਅੱਗੇ ਜਾਈਏ ਨਰਮੇ ਦੇ ਵਿੱਚ ਜਿਹੜਾ ਬੀਜ ਸੀਗਾ ਉਹ ਤੇ ਕਿੰਨੀਆਂ ਠੱਗੀਆਂ ਹੋਈਆਂ ਬੀਜ ਘਟੀਆਂ ਮਿਲੇ ਉਹਨਾਂ ਨੂੰ ਅੱਜ ਉਹ ਕਿੰਨੂ ਤੋਂ ਵੀ ਹੱਥ ਤੋਂ ਬੈਠੇ ਆ ਨਰਮੇ ਤੋਂ ਵੀ ਤੋਂ ਬੈਠੇ ਆ ਦੱਸੋ ਜੀ ਕਿਹੜੀ ਫਸਲ ਹੋਊਗੀ ਕੁਝ ਏਰੀਆ 'ਚ ਝੋਨਾ ਲੱਗਦਾ ਵਾ ਅਗਰ ਕਿਸਾਨ ਡਾਇਵਰਸੀਫਿਕੇਸ਼ਨ ਪਹਿਲਾਂ ਹੀ ਕਰਦਾ ਵਾ ਪਰ ਕਿਸਾਨ ਦੀ ਬਾਹ ਕੀ ਨੇ ਫੜੀ ਕਿਨੂ ਵਾਲਿਆਂ ਦਾ 6 6 7 70 ਰੁਪਏ ਕੋਈ ਕਿਨੂ ਨਹੀਂ ਪੁੱਛਦਾ ਜਦੋਂ ਸੀਜ਼ਨ ਆਉਂਦਾ ਜਦੋਂ ਜਿਹੜੀ ਨਰਮੇ ਦੀ ਖੇਤੀ ਦੀ ਗੱਲ ਕਰਦੇ ਹਾਂ ਹੁਣ ਨਰਮੇ ਤੇ ਵੀ ਐਮ ਐਸ ਪੀ ਤਾਂ ਹੈਗੀ ਆ ਪਰ ਉੱਥੇ ਫਾਲਿਕਾ ਦੇ ਵਿੱਚ ਹੋਰ ਬਲਾਕ ਦੇ ਵਿੱਚ ਉੱਥੇ ਦੇ ਕਿਸਾਨ ਜਥੇਬੰਦੀਆਂ ਨੇ ਜਿਹਦੇ ਵਿੱਚ ਸਾਡੇ ਜਥੇਬੰਦੀ ਨੇ ਵੀ ਸਮੂਲੀਅਤ ਕੀਤੀ ਆ ਉਹਨਾਂ ਨੇ ਧਰਨੇ ਲਾ ਲਾ ਕੇ ਨਰਮਾ ਚਕਾਇਆ ਨਰਮੇ ਦੀ ਜਿਹੜੀ ਐਮਐਸਪੀ ਆ ਉਹ 7250 ਰੁਪਏ ਆ ਪਰ ਉੱਥੇ 5000 ਨੂੰ ਨਹੀਂ ਕਿਸੇ ਨੇ ਪੁੱਛਿਆ ਸੋ ਸਾਰੀਆਂ ਗੱਲਾਂ ਇਹ ਗੱਲਾਂ ਕੰਨੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਸਾਨੂੰ ਸਮਝਾਉਣ ਦੀ ਲੋੜ ਨਹੀਂ ਕਿਸਾਨ ਬੜਾ ਸਮਝਦਾਰਾ ਕਿਸਾਨ ਨੂੰ ਬਹੁਤ ਤਜਰਬਾ ਹੈਗਾ ਕਿਸਾਨ ਡਾਇਵਰਸੀਫਿਕੇਸ਼ਨ ਕੰਨੀ ਆਪ ਹੀ ਆਊਗਾ ਜਦੋਂ ਮਾਨੂੰ ਮੂੰਗੀ ਤੇ ਐਮਐਸਪੀ ਮਿਲੂਗੀ ਮੂੰਗੀ ਤਾਂ ਸਾਡੀ ਰੋਟੀ ਫਿਰਦੀ ਆ ਜਦੋਂ ਸਾਨੂੰ ਮੂੰਗੀ ਤੇ ਐਮਐਸਪੀ ਮਿਲੂਗੀ ਤਾਂ ਕਿਸਾਨ ਨੇ ਤੈਅ ਕਰਨਾ ਵੀ ਮੇਰਾ ਝੋਨੇ ਨਾਲੋਂ ਖਿਹੜਾ ਛੋੜ ਸਕਦਾ ਮੈਂ ਮੂੰਗੀ ਦੀ ਖੇਤੀ ਕਰ ਲਵਾਂ ਮੂੰਗੀ ਤੋਂ ਬਾਅਦ ਮੈਂ ਮੱਕੀ ਲਾ ਲੂੰਗਾ ਸਾਡੀ ਫਸਲ ਨੂੰ ਤਾਂ ਕੋਈ ਪੁੱਛਦਾ ਨਹੀਂ ਹੈਗਾ ਕਣਕ ਤੇ ਝੋਨੇ ਬਿਨਾ ਤੇ ਸਾਨੂੰ ਝੋਨਾ ਲਾਉਣ ਲਾਇਆ ਕਿਨੇ ਆ ਸਰਕਾਰਾਂ ਨੇ ਲਾਇਆ ਅੱਜ ਦੇ ਹਾਲਾਤਾਂ ਦੀ ਜੇ ਆਪਾਂ ਗੱਲ ਕਰੀਏ ਡਾਇਵਰਸੀਫਿਕੇਸ਼ਨ ਦੀ ਜੇ ਗੱਲ ਕਰੀਏ ਗੱਲ ਫੇਰ ਇਹ ਸਾਰੀ ਗੱਲ ਘੁੰਮ ਕੇ ਪਰਾਲੀ ਤੇ ਲੈ ਕੇ ਆਉਣੀ ਆ ਮੈਂ ਪਰਾਲੀ ਦੀ ਜੇ ਗੱਲ ਕਰੀਏ ਪਰਾਲੀ ਦੀ ਗੱਲ ਦੇ ਵਿੱਚ ਤੁਸੀਂ ਕਹਾਂ ਕਿ ਇਸ ਡਾਇਵਰਸੀਫਿਕੇਸ਼ਨ ਨਿਕਲੇ ਤਾਂ ਝੋਨੇ ਤੋਂ ਖਿਹੜਾ ਛੁੱਟੇ ਪਰਾਲੀ ਤੋਂ ਆਪ ਹੀ ਛੁੱਟ ਜਾਏਗਾ ਪਰ ਜਿੱਥੋਂ ਤੱਕ ਦੇਖਿਆ ਜਾਏ ਜਦੋਂ ਝੋਨੇ ਦੀ ਔਰ ਡਿਵਰਸਿਫਿਕੇਸ਼ਨ ਜੇ ਮੰਨ ਲਓ ਵੀ ਹੈ ਤਾਂ ਹਜੇ ਖਾਬਾਂ ਚ ਹੀ ਇਹ ਗੱਲ ਬਿਲਕੁਲ ਇਮੇਜਿਨਰੀ ਗੱਲ ਹੈ ਸਰਕਾਰਾਂ ਉਧਰ ਨੂੰ ਆਉਂਦੀਆਂ ਤਾਂ ਹੈ ਨਹੀਂ ਐਮਐਸਪੀ ਜੇ ਦੇ ਵੀ ਦੇਣ 22 ਫਸਲਾਂ ਤੇ 5 7 ਫਸਲਾਂ ਤੇ ਜਿਵੇਂ ਵੀ ਤੇ ਉਹਦੇ ਬਾਅਦ ਜਿਹੜੀ ਮੋਟੀ ਗੱਲ ਹੈ ਹੈਗੀ ਹੈ ਕਿ ਝੋਨੇ ਚ ਤੇ ਉਹ ਫਸਲ ਜਿਵੇਂ ਤੁਸੀਂ ਕਿਹਨੂੰ ਆਦੀ ਗੱਲ ਕੀਤੀ ਤੁਸੀਂ ਨਰਮੇ ਦੀ ਗੱਲ ਕੀਤੀ ਤੁਸੀਂ ਮੱਕੀ ਦੀ ਗੱਲ ਕੀਤੀ ਤੁਸੀਂ ਮੂੰਗੀ ਦੀ ਗੱਲ ਕੀਤੀ ਉਹਨਾਂ ਸਾਰਿਆਂ ਚ ਲਾਂਚ ਪ੍ਰੋਡਕਸ਼ਨ ਕਾਸਟ ਚ ਉਹਦੀ ਕਟਾਈ ਉਹਨੂੰ ਮੰਡੀ ਤੱਕ ਲਿਜਾਣਾ ਉਹ ਸਭ ਚ ਕੋਈ ਟੋਟਲ ਜਿਹੜੀ ਇਨਪੁਟ ਹੈਗੀ ਇਨਵੈਸਟਮੈਂਟ ਕਾਸਟ ਹੈਗੀ ਪ੍ਰੋਡਕਸ਼ਨ ਕਾਸਟ ਟਿਲ ਮੰਡੀ ਉਹਦੇ ਵਿੱਚ ਕੋਈ ਫਰਕ ਆਏਗਾ ਦੇਖੋ ਜੀ ਜਦੋਂ 23 ਫਸਲਾਂ ਤੇ ਐਡਵਰਸ਼ੀ ਮਤਲਬ ਐਮ ਐਸ ਪੀ ਗਰੰਟੀ ਕਾਨੂੰਨ ਬਣ ਗਿਆ ਤਾਂ ਹਰ ਇੱਕ ਕਿਸਾਨ ਨੂੰ ਹੋਊਗਾ ਜਿਹਦੇ ਕੋਲ ਪਾਣੀ ਘਟ ਹੈਗਾ ਵਾ ਤਾਂ ਉਹ ਸਿਚੂਗਾ ਵੀ ਅੱਜ ਮੈਂ ਮੰਨ ਲਓ ਮੈਂ 30 ਏਕੜ ਝੋਨਾ ਲਾਉਣਾ ਵਾ ਤੇ ਮੈਨੂੰ ਪਤਾ ਵੀ ਮੇਰਾ ਮੱਕੀ ਦੀ ਮੇਰੀ ਖਰੀਦ ਹੈਗੀ ਆ ਮੈਂ ਆਪੀ 10 ਕਿਲੇ ਘਟਾ ਕੇ ਮੱਕੀ ਵਾਲੇ ਪਾਸੇ ਆਉਂਗਾ ਤੇ ਉਥੇ ਅਗਰ ਬਰਸਾਤ ਦਾ ਪਾਣੀ ਬਹੁਤ ਚੀਜ਼ਾਂ ਹੁੰਦੀਆਂ ਨੇ ਖੇਤੀ ਦੇ ਵਿੱਚ ਕਿਉਂਕਿ ਮੰਨ ਲਓ ਕਿਤੇ ਨਾ ਕਿਤੇ ਪਾਣੀ ਵੱਧ ਖੜਦਾ ਕਿਉਂਕਿ ਅਕਸਰ ਯੂਨੀਵਰਸਟੀਆਂ ਹੈਗੀਆਂ ਤੇ ਮੈਂ ਪੰਜਾਬ 'ਚ ਬੈਠਾ ਮੈਂ ਤਾਂ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੀ ਯੂਨੀਵਰਸਿਟੀ ਨੇ ਸਾਨੂੰ ਦੱਸ ਦਿਓ ਕਿਹੜਾ ਮੱਕੀ ਦੀ ਮੱਕੀ ਦਾ ਜਿਹੜੀ ਸਾਨੂੰ ਸੀਡ ਦਿੱਤਾ ਲਿਆ ਕੇ ਆਉ ਮੱਕੀ ਦੀ ਪ੍ਰਾਈਵੇਟ ਕੰਪਨੀ ਲਿਆਉਂਦੀਆਂ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਮੱਕੀ ਦੇ ਸੀਡ ਲਿਆਂਦੇ ਪਰ ਐਮਐਸਪੀ ਜਿਹੜੀ ਐਮਆਰਪੀ ਹੁੰਦੀ ਆ ਉਥੇ ਜੇ 4 ਕਿਲੋ ਦੀ ਪੈਕਿੰਗ ਆਉਂਦੀ ਆ ਤਾਂ ਉਥੇ ਐਮਆਰਪੀ ਲਿਖਿਆ ਹੁੰਦਾ 1500 ਸਾਨੂੰ ਮਿਲਦੀ 3 3000 ਚ ਕਿੱਥੇ ਸਰਕਾਰ ਬੈਠੀ ਆ ਤਾਂ ਐਡਾ ਵੱਡਾ ਘਪੜਾ ਹੋ ਰਿਹਾ ਤੇ ਕੌਣ ਕਰੇ ਤੇ ਪਿੱਛੇ ਹੱਥ ਕੀਦਾ ਹ ਸਾਰੀਆਂ ਚੀਜ਼ਾਂ ਅਸੀਂ ਫੇਰ ਉਹੀ ਗੱਲ ਜਾਨਦੇ ਆ ਵੀ ਇਹ ਫਾਇਦਾ ਕਿਹਨੂੰ ਮਿਲ ਰਿਹਾ ਅਸੀਂ ਤਾਂ ਹੀ ਤਾਂ ਬਾਰ ਬਾਰ ਕੋਆਪਰੇਟ ਕਰਾਣਿਆਂ ਨੂੰ ਸਰਕਾਰ ਫਾਇਦਾ ਦੇਣੀ ਉਥੇ ਅੱਖਾਂ ਮੀਚੀ ਬੈਠੀ ਐ ਤੁਸੀਂ ਅੱਜ ਲਾ ਲੋ ਅੱਜ ਆਪਾਂ ਕੋਈ ਵੀ ਚੀਜ਼ ਲੈਣੇ ਆ ਐਮਆਰਪੀ 1500 ਰੁਪਏ ਆ ਉਹ 35 3500 ਤੱਕ ਮਿਲਦੀ ਹੈ 1500 ਦੀ ਐਮ ਆਰ ਪੀ ਤੋਂ ਮਤਲਬ ਡਬਲ ਪੈਸੇ ਕਿਵੇਂ ਬੰਦਾ ਲੈ ਰਿਹਾ ਇਹਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੋਤਾ ਹੈਗਾ ਔਰ ਦੂਜੀ ਗੱਲ ਜਿਹੜੀ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਜਦੋਂ 23 ਫਸਲਾਂ ਤੇ ਹੋ ਜੂਗੀ ਮੰਨ ਲਓ ਆਪਾਂ ਪੰਜਾਬ ਚ ਕਣਕ ਝੋਨੇ ਦੀ ਖੇਤੀ ਹੈਗੀ ਗੰਨੇ ਦੀ ਖੇਤੀ ਹੈਗੀ ਆ ਜਦੋਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਹੋਗੀ ਡਾਈਵਰਸੀਫਿਕੇਸ਼ਨ ਵੱਲ ਕਿਸਾਨ 101% ਆਓ ਹਰਿਆਣਾ ਚ ਜਿਹੜੀ ਖੇਤੀ ਹੁੰਦੀ ਆ ਉੱਥੇ ਡਾਈਵਰਸੀਫਿਕੇਸ਼ਨ ਵੱਲ ਆਓ ਹਰਿਆਣਾ ਤੇ ਪੰਜਾਬ ਔਰ ਕੁਝ ਯੂ ਪੀ ਦੇ ਹਿੱਸੇ ਨੂੰ ਐ ਐਮਐਸਪੀ ਮਿਲਦੀ ਹੈ ਨਾ ਜਿਹੜੀ ਯਕੀਨਾ ਨਾ ਹੈਗੀ ਆ ਆਪਣੇ ਝੋਨੇ ਤੇ ਜਿਹੜੀਆਂ ਬਾਸਟੇਟਾਂ ਹੁੰਦੀਆਂ ਕਿਸੇ ਸਟੇਟ 'ਚ ਸੋਇਆਬੀਨ ਹੁੰਦੀ ਆ ਕਿਸੇ ਸਟੇਟ 'ਚ ਆ ਮਾਂ ਹੁੰਦੇ ਨੇ ਕਿਸੇ ਸਟੇਟ 'ਚ ਕੋਈ ਫਸਲ ਹੁੰਦੀ ਆ ਕਿਸੇ ਸਟੇਟ 'ਚ ਸੂਰਜਮੁਖੀ ਵੱਧ ਹੁੰਦੀ ਆ ਜਦੋਂ ਐਮਐਸਪੀ ਹੋਊਗੀ ਸਾਰਾ ਕੁਝ ਡਾਇਵਰਸੀਫਿਕੇਸ਼ਨ ਵਾਲਾ ਆਊਗਾ ਹੁਣ ਸਰਕਾਰਾਂ ਦਾਲਾਂ ਬਾਹਰੋਂ ਮੰਗਾਉਣੀ ਆ ਕੋਈ ਪੰਜਾਬ ਦੀ ਜਿਹੜੀ ਦਾਲ ਆ ਉਹ ਇਹਨਾਂ ਨੂੰ ਖੰਗ ਕਰਦੀ ਆ ਪਰ ਉਹ ਖਰੀਦਾ ਗਰੰਟੀ ਖਰੀਦਾ ਅਸੀਂ ਕਾਨੂੰਨ ਕਿਉਂ ਮੰਗਦੇ ਆ ਇਹ ਹੀ ਚੀਜ਼ਾਂ ਤੋਂ ਮੰਗਦੇ ਆ ਸਾਨੂੰ ਮੁੰਗੀ ਲਾਉਣੀ ਔਖੀ ਆ ਕੋਈ ਸਾਨੂੰ ਮਾਂ ਵੀ ਜਿਹੜੇ ਔਖੇ ਆ ਪਰ ਉਹ ਚੀਜ਼ ਦਾ ਮੁੱਲ ਤਾਂ ਮਿਲੇ ਨਾ ਸਾਨੂੰ ਸਾਡੀ ਤਾਂ ਖਰਾਕੇ ਨਹੀਂ ਹੈਗੀ ਝੋਨਾ 'ਚ ਤਾਂ ਲਾਉਣਾ ਹੀ ਨਹੀਂ ਚਾਹੁੰਦੇ ਜਦੋਂ ਝੋਨੇ ਤੋਂ ਸਾਡਾ ਖੇੜਾ ਛੁੱਟ ਜੂ ਸਾਡਾ ਇੱਕ ਤਾਂ ਪਾਣੀ ਦਾ ਪੱਧਰ ਵੱਜ ਜਾਊਗਾ ਦੂਜੀ ਗੱਲ ਹੈਗੀ ਆ ਜਿਹੜੇ ਸਾਡੇ ਤੇ ਬਲੇਮ ਲੱਗਦੇ ਆ ਪ੍ਰਦੂਸ਼ਣ ਦੇ ਇਹ ਵੀ ਪਤਾ ਲੱਗ ਜੂਗਾ ਇਹ ਤੋਂ ਖੇੜਾ ਛੁੱਟ ਜੂਗਾ ਅਸੀਂ ਤਾਂ ਸਾਲ 'ਚ ਇੱਕ ਦੋ ਵਾਰ ਚ ਚੌਲ ਖਾਣੇ ਆ ਜੀ ਸਾਡੀ ਖਰਾਕੇ ਨਹੀਂ ਆ ਸਾਨੂੰ ਕੰਮ ਕਿਹੜੇ ਲਾਇਆ ਜਿਹੜੀ ਨਵੀਂ ਜਨਰੇ ਅਸੀਂ ਕਿਉਂ ਸੱਪਾਂ ਨਾਲ ਪੰਗੇ ਲਈਏ ਰਾਤ ਨੂੰ ਆਪਾਂ ਆਪ ਵੀ ਫਿਰਦੇ ਆਂ ਗਾਹਾਂ ਜਿਹੜੀ ਨਵੀਂ ਜਨਰੇਸ਼ਨ ਆ ਤਾਂ ਹੀ ਤਾਂ ਬਾਹਰ ਨੂੰ ਭਜਦੀ ਆ ਹੁਣ ਅਗਲਾ ਕਹੂਗਾ ਯਾਰ ਤੁਸੀਂ ਆਹ ਕਿਹੜਾ ਬਿਆਨ ਦਿੱਤਾ ਪਰ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਡਾ ਬਾਪ ਦਿਨ ਰਾਤ ਤੁਰਿਆ ਫਿਰਦਾ ਖੇਤਾਂ 'ਚ ਇੱਥੇ ਕੁਛ ਨਹੀਂ بڑے بڑے ਸੱਪ ਮਿਲਦੇ ਆਂ ਨਾ ਜਦੋਂ ਪਰਾਲੀ ਇਹ ਪਰਾਲੀ ਨੂੰ ਅੱਗ ਲਾਉਂਦੇ ਆਂ ਉਦੋਂ ਖੇਤਾਂ 'ਚ ਪੌਸਫਰਦੀ ਹੁੰਦੀ ਆ ਤੇ ਜਦੋਂ ਅ ਮੰਡੀਆਂ ਚ ਜਾਂਦੇ ਆ ਦੋ ਦੋਨੇ ਇਹਨਾਂ ਦਾ ਝੋਨਾ ਰੋਲਦਾ ਹੁੰਦਾ ਬੜੀ ਲੈਟਰ ਵੇਨ ਚ ਇੱਕ ਗੱਲ ਕਰੀ ਇੱਥੇ ਇੱਕ ਹੋਰ ਵੀ ਗੱਲ ਹੁੰਦੀ ਹੈ ਜਿਹੜੀ ਤੁਸੀਂ ਕਿਸਾਨ ਦੀ ਇੱਕ ਹੋਰ ਵਿਵਪਤਾ ਨਹੀਂ ਦੱਸ ਰਹੇ ਜਦੋਂ ਤੁਸੀਂ ਖੜੇ ਪਾਣੀ ਚ ਜਾਂ ਖੇਤਾਂ ਚ ਜਾ ਕੇ ਆਉਂਦੇ ਹੋ ਔਰ ਫਸਲ ਲਾਉਂਦੇ ਹੋ ਜਾਂ ਫਿਰ ਪਾਣੀ ਲਾ ਕੇ ਆਉਂਦੇ ਹੋ ਤੁਹਾਡੇ ਜਿਹੜੇ ਪੈਰਾਂ ਚ ਜੁੱਤੀਆਂ ਪਾਈਆਂ ਹੁੰਦੀਆਂ ਉਹਨਾਂ ਨੂੰ ਵੀ ਗਾਰਾ ਲੱਗਦਾ ਜਦੋਂ ਘਰਿਆਂ ਨੇ ਘਰੇ ਵੀ ਝਗੜਾ ਹੈ ਉਸ ਚੀਜ਼ ਦਾ ਵੀ ਤੁਸੀਂ ਅਸੀਂ ਹੁਣ ਪੋਚਾ ਮਾਰਿਆ ਜੀ ਤੁਸੀਂ ਆ ਕੇ ਗਾਰੇ ਵਾਲੇ ਪੈਰ ਉਰੇ ਲਾਏ ਤੁਸੀਂ ਕਹਿੰਦੇ ਬੂੜ ਜਰਾਬਾ ਪਾ ਕੇ ਜਿਹੜਾ ਅਗਲੀ ਜਿਹੜੀ ਉਹ ਹੈ ਕਰਨਾ ਚਾਹੁੰਦੀ ਹੈ ਪੀੜੀ ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨਾਲ ਕਿਸਾਨ ਜੂਝ ਰਿਹਾ ਪਹਿਲੇ ਖੇਤਾਂ 'ਚ ਜੋਸ਼ ਗਿਆਂਦਾ ਪਸੀਨਾ ਪਸੀਨੀ ਹੋ ਕੇ ਘਰ ਜਦੋਂ ਲਿਆ ਕੇ ਪੈਰ ਵੜਦਾ ਤਾਂ ਕਹਿੰਦੇ ਲਾਣੇਦਾਰ ਦੀਆਂ ਵੀ ਤਾਂ ਕਹਿੰਦੀ ਵੀ ਭਾਈ ਤੂੰ ਪੈਰ ਦੇ ਕੇ ਛਾਪੇ ਹੋਏ ਮੈਂ ਤਾਂ ਹੁਣ ਪੋਚਾ ਮਾਰ ਕੇ ਹਟੀਆਂ ਦੇਖੋ ਬੰਦਾ ਕੋਈ ਕਿਸ ਮਕਾਮ ਤੇ ਵੀ ਪਹੁੰਚ ਜਵੇ ਕਿਤੇ ਵੀ ਚਲੇ ਜਾਵੇ ਗ੍ਰਹਿ ਮੰਤਰੀ ਦਾ ਬਹੁਤ ਬੋਲਵਾਲਾ ਹੁੰਦਾ ਜਿਹੜੀ ਸਾਡੇ ਮਿਸਿਸ ਨੇ ਤਾਂ ਕਿਸੇ ਵੀ ਪਰਿਵਾਰ ਕਿਸਾਨ ਨਾਲ ਸੰਬੰਧਤਾਂ ਪਰ ਜਦੋਂ ਉਹਨਾਂ ਨੇ ਆਪ ਦਾ ਰੋਟੀ ਪਾਣੀ ਦਾ ਕੰਮ ਨਵੇੜ ਕੇ ਉਹਨਾਂ ਦੀਆਂ ਬਹੁਤ ਜ਼ਿੰਮੇਵਾਰੀਆਂ ਸਾਨੂੰ ਲੱਗਦਾ ਵੀ ਸਾਨੂੰ ਬਹੁਤ ਕੰਮ ਪਰ ਨਹੀਂ ਸਾਡੇ ਨਾਲੋਂ ਬਹੁਤ ਜ਼ਿਆਦਾ ਕੰਮ ਸਾਡੀ ਲੇਡੀਜ਼ ਨੂੰ ਸਾਡੇ ਪਰਿਵਾਰ ਜਾਂ ਮਾਤਾ ਪਿਤਾ ਭੈਣ ਇਹਨਾਂ ਨੂੰ ਬਹੁਤ ਜ਼ਿਆਦਾ ਕੰਮ ਹੈਗਾ ਪਰ ਜਦੋਂ ਉਹ ਸਾਰਾ ਕੰਮ ਛੱਡ ਕੇ ਪੋਚਾ ਲਾਇਆ ਹੁੰਦਾ ਸਾਡੇ ਬਰਗਿਆਂ ਨੇ ਆ ਕੇ ਝੋਨੇ 'ਚੋਂ ਜਾ ਕੇ ਓਕਣ ਜਾਣਾ ਹੁਣ ਘਰ ਤੋਂ ਤਾਂ ਬਾਹਰ ਤੋਂ ਫੜ ਕੇ ਕੱਢਣੇ ਦਰੋਏ ਤਾਂ ਉਹਨਾਂ ਨੂੰ ਫਿਰ ਦੁਬਾਰਾ ਮਿਹਨਤ ਕਰਨੀ ਪੈਂਦੀ ਹੈ ਕਲੇਸ਼ ਤਾਂ ਬਹੁਤ ਹੈਗਾ ਝੋਨੇ ਦਾ ਔਰ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ ਅੱਜ ਵੱਡਾ ਦਰਦ ਸਾਨੂੰ ਇਹ ਹੋ ਰਿਹਾ ਸਾਡਾ ਧਰਤੀ ਦਾ ਜਿਹੜਾ ਪਾਣੀ ਘਟ ਰਿਹਾ ਉਹਦਾ ਦੋਸ਼ੀ ਵੀ ਕਿਸਾਨ ਆ ਕਿਉਂਕਿ ਸਾਨੂੰ ਤੱਕਿਆ ਕਿਹਨੇ ਆ ਇੱਧਰ ਨੂੰ ਇਸ ਵਾਰ ਜੇ ਦੇਸ਼ ਭੁੱਖਾ ਮਰਦਾ ਤਾਂ ਹਰੀ ਕ੍ਰਾਂਤੀ ਲਿਆ ਕੇ ਸਾਡੇ ਗਲ ਚ ਪਾ ਕੇ ਸੁੱਟਦੀ ਇਹਨਾਂ ਨੇ ਹੁਣ ਰੌਲਾ ਕੀ ਆ ਅਸੀਂ ਤਾਂ ਕਹਿੰਦੇ ਸਾਨੂੰ ਡਾਇਵਰਸੀਫਿਕੇਸ਼ਨ ਚਾਹੀਦਾ ਅਸੀਂ ਮੰਗ ਕੀ ਰਹੇ ਆ ਇੱਥੇ ਬੈਠੇ 13 ਫਰਵਰੀ ਦੇ ਗਾਰੰਟੀ ਮੰਗ ਰਹੇ ਆ ਵੀ 23 ਫਸਲਾਂ ਤੇ ਸਾਨੂੰ ਗਾਰੰਟੀ ਦੇ ਦਿਓ ਤੁਸੀਂ ਦੇਖਦੀ ਜਦ ਗਰੰਟੀ ਮਿਲ ਜਾਣੀ ਡਾਇਵਰਸੀਫਿਕੇਸ਼ਨ ਆਪਣੇ ਆਪ ਆ ਜਾਣਾ ਸਾਡਾ ਝੋਨੇ ਤੋਂ ਖੜਾ ਛਿੜ ਦੂ ਅੱਜ ਬਹੁਤ ਬੁੱਧੀਜੀਵੀ ਰੌਲਾ ਪਾਉਨੇ ਆ ਝੋਨੇ ਦਾ ਪਾਣੀ ਯਾਰ ਅਸੀਂ ਕੱਲੇ ਕਰਦੇ ਆ ਝੋਨੇ ਦਾ ਪਾਣੀ ਮਤਲਬ 30 ਦਿਨ ਦਾ 70 80 ਦਿਨ ਅਸੀਂ ਝੋਨੇ ਨੂੰ ਪਾਣੀ ਲਾਉਨੇ ਆ ਤਾਂ ਫਿਰ ਜਿਹੜਾ 10 ਮਹੀਨੇ ਜਾਂ 9 ਮਹੀਨੇ ਗ੍ਰੀਨਰੀ ਦਿੰਦਾ ਤਾ ਉਹ ਉਹਦਾ ਧੰਨਵਾਦ ਨਾ ਕਰਿਓ ਕਿਸਾਨ ਦਾ ਕਿਸਾਨ ਨੂੰ ਤੁਸੀਂ ਕ੍ਰੀਮੀਕਲੇ ਪੇਸ਼ ਕਰਿਓ ਟੀਵੀਆਂ ਤੇ ਬੈਠ ਕੇ ਜਾਂ ਸਰਕਾਰਾਂ ਦਾ ਕਰਦੀਆਂ ਬੁੱਧੀਜੀਵੀ ਵੀ ਬੋਹ ਕਰਦੇ ਆ ਕਿਸਾਨਾਂ ਨੂੰ ਸਮਝਣਾ ਚਾਹੀਦਾ ਉਹ ਭਾਈ ਜੇ ਸਮਝਿਆ ਤਾਂ ਹੀ ਤਾਂ ਬੈਠੇ ਆ ਨਾ ਤਾਂ ਹੀ 50 ਦੇ ਟੈਂਪਰੇਚਰ 'ਚ ਵੀ ਬੈਠੇ ਆ ਤੇ 6 ਦੇ ਟੈਂਪਰੇਚਰ ਤੋਂ 6 ਦੇ ਟੈਂਪਰੇਚਰ 'ਚ ਵੀ ਬੈਠੇ ਆ ਅੱਜ ਕਿੰਨੀ ਬਰਸਾਤ ਪਈ ਉਹਦਾ ਵੀ ਤਾਂ ਸਾਹਮਣਾ ਕਰਦੇ ਆ ਸਾਰੀਆਂ ਚੀਜ਼ਾਂ ਦਾ ਜਹੀ ਜੀ ਮੌਸਮ ਆਈ ਦਿੱਲੀ ਦੇ ਵਿੱਚ ਸਾਹਮਣਾ ਕੀਤਾ ਅੱਜ 13 ਪਰ ਵੀ ਤੋਂ ਫੇਰ ਕਰਦੇ ਆ ਇਹ ਡਾਇਵਰਸੀਫਿਕੇਸ਼ਨ ਦੀਆਂ ਗੱਲਾਂ ਸਰਕਾਰ ਨੂੰ ਸਮਝਾਉਂਦੇ ਆ ਪਰ ਸਰਕਾਰ ਨਹੀਂ ਸਮਝਣਾ ਚਾਹੁੰਦੀ ਤੁਹਾਡੀ ਗੱਲ ਚੋਂ ਗੱਲ ਨਿਕਲ ਕੇ ਆਈ ਤੁਸੀਂ ਕਿਹਾ ਵੀ 80 90 ਦਿਨ ਜਿਹੜਾ ਹੈ ਉਹ ਸਾਨੂੰ ਇਦਾਂ ਕਰਨਾ ਪੈਂਦਾ ਹੈ ਤੁਹਾਨੂੰ ਬਾਕੀ ਦੇ ਸਾਰੇ ਮਹੀਨੇ ਸਾਲ ਭਰ ਤਕਰੀਬਨ ਜਿਹੜਾ ਹੈਗਾ 10 11 ਮਹੀਨੇ ਜਿਹੜੀ ਤੁਹਾਨੂੰ ਗ੍ਰੀਨਰੀ ਦੇਖਣ ਨੂੰ ਮਿਲਦੀ ਹੈ ਐਸਾ ਆਪ ਦੇ ਨਾਲ ਤਾਂ ਕਿਉਂਕਿ ਇੱਕ ਵਾਰ ਜੇ ਫਸਲ ਇੱਕ ਵਾਰੀ ਬੀ ਜਿਹੜਾ ਉਹ ਪੈ ਗਿਆ ਹਨਾ ਖਿਲਾਰ ਦਿੱਤਾ ਉਹਦੇ ਬਾਅਦ ਤੁਸੀਂ ਵਾਈ ਕਰ ਲਈ ਸਾਰਾ ਕੁਝ ਕਰ ਲਈ ਔਰ ਉਹਦੇ ਬਾਅਦ ਦੁਬਾਰਾ ਜਦੋਂ ਫਸਲ ਇੱਕ ਵਾਰੀ ਜੰਮ ਜਾਂਦੀ ਹੈ ਉਹਦੇ ਬਾਅਦ ਜਦੋਂ ਲਹਿਲਹਾਨ ਲੱਗ ਪੰਦੀ ਹੈ ਪਾਣੀ ਪੂਣੀ ਲੱਗ ਜਾਂਦੇ ਹੈ ਫਿਰ ਤਾਂ ਆ ਵੀ ਬਹੁਤ ਵੱਡੀ ਮੁਸੀਬਤ ਹੈ ਕਿ ਕਿਸਾਨ ਵੇਲਾ ਜਿਹਾ ਫਿਰਦਾ ਇੱਕ ਤਰ੍ਹਾਂ ਦਾ ਦੇਖਿਆ ਜਾ ਠੀਕ ਹੈ ਗੜਾ ਮਾਰਨਾ ਹੁੰਦਾ ਖੇਤਾਂ ਦੇ ਵਿੱਚ ਮੰਨਿਆ ਕਿ ਉਹਨਾਂ ਨੇ ਜਿਹੜੀ ਸਾਰਾ ਦੇਖਭਾਲ ਕਰਨੀ ਹੁੰਦੀ ਹੈ ਪਰ ਬੇਸਿਕਲੀ ਤਾਂ ਵੇਲਾ ਹੀ ਹੈ ਦੇਖਿਆ ਜਾਏ ਤਾਂ ਉਹਦਾ ਵੀ ਤਾਂ ਹੋਣਾ ਚਾਹੀਦਾ ਨਾ ਕੋਈ ਨਾ ਕੋਈ ਤਰੀਕਾ ਕਿਉਂਕਿ ਜੇ ਨੌਜਵਾਨ ਹੈਗਾ ਅੱਜ ਕੱਲ ਦਾ ਨੌਜਵਾਨ ਪਹਿਲੇ ਤਾਂ ਸ਼ਾਇਦ ਘਰਾਂ ਦੇ ਵਿੱਚ ਬਹੁਤ ਕੰਮ ਹੁੰਦੇ ਸੀਗੇ ਕਿਉਂਕਿ ਜੇ ਖੇਤ 'ਚ ਨਹੀਂ ਹੈਗਾ ਤੇ ਘਰ 'ਚ ਵੀ ਸਾਰੇ ਕੰਮ ਮੈਨੂਲੀ ਹੁੰਦੇ ਸੀਗੇ ਤੁਸੀਂ ਹਰ ਕੰਮ ਕਰਦਾ ਜੇ ਪਸ਼ੂ ਰੰਗਰ ਕਿਸੇ ਨੇ ਰੱਖਿਆ ਹੈ ਹੋਰ ਛੱਤੀ ਕੰਮ ਨੇ ਸਾਰੇ ਹੱਥਾਂ ਨਾਲ ਕੀਤੇ ਜਾਂਦੇ ਸੀਗੇ ਹੁਣ ਹੱਥਾਂ ਵਾਲੇ ਕੰਮ ਬਿਲਕੁਲ ਖਤਮ ਹੋ ਗਏ ਘਰ ਚ ਜਿਹੜੀ ਔਰਤਾਂ ਨੇ ਉਹ ਵੀ ਮਸ਼ੀਨਾਂ ਨਾਲ ਕੰਮ ਕਰਦੀਆਂ ਆਦਮੀਆਂ ਕੋਲ ਵੀ ਬਹੁਤ ਨਹੀਂ ਤਾਂ ਜੇ ਜਾਣਾ ਸੀ ਹੁੰਦਾ ਸੀ ਪਿੰਡ ਤੋਂ ਸ਼ਹਿਰ ਜਾਣਾ ਕੋਈ ਸਮਾਨ ਘਰ ਦਾ ਸੌਦਾ ਲੈਣ ਜਾਣਾ ਕੋਈ ਸੰਧ ਲੈਣ ਜਾਣਾ ਕੋਈ ਹੋਰ ਘਰ ਦੇ ਕੰਮ ਲੈਣ ਜਾਣਾ ਕੋਈ ਵਿਆਹ ਸ਼ਾਦੀ ਦਾ ਕਰਨ ਜਾਣਾ ਤੇ ਉਹ ਦਿਨ ਦਿਨ ਲੰਘ ਜਾਂਦੇ ਹੁੰਦੇ ਸੀ ਆਉਣ ਜਾਣ ਚ ਜਾਂ ਕਿਤੇ ਪ੍ਰੋਨ ਚਰਚ ਜਾਣਾ ਜਾਂ ਕਿਤੇ ਜਾਣਾ ਉੱਥੇ ਵੀ ਦਿਨ ਲੱਗ ਜਾਂਦੇ ਸੀ ਆਉਣ ਜਾਣ ਚ ਅ 10-15 ਦਿਨ ਬੰਦਾ ਜਿਹੜਾ ਉੱਥੇ ਰਹਿੰਦਾ ਵੀ ਸੀਗਾ ਹੁਣ ਤੇ ਹਾਲਾਤਿਆਂ ਨੇ ਕਾਰ ਗੱਡੀ ਫੜੀ ਤੁਸੀਂ ਜਾਂ ਤੁਸੀਂ ਅੱਛੇ ਤੁਹਾਡੇ ਕੋਲ ਵਹੀਕਲਸ ਨੇ ਬੰਦਾ ਪਹੁੰਚ ਜਾਂਦਾ ਜਲਦੀ ਔਰ ਸੜਕਾਂ ਠੀਕ ਹੋ ਗਈਆਂ ਕਾਫੀ ਜਿਹੜਾ ਸਮੇ ਬਦਲ ਗਏ ਨੇ ਤੇ ਉਹਦੇ ਕਾਰਨ ਫਿਰ ਉਹ ਜਿਹੜਾ ਵੇਲ ਪੁਣਾ ਹੈਗਾ ਉਹ ਵੀ ਤਾਂ ਇੱਕ ਪ੍ਰੋਬਲਮ ਹੈ ਨਾ ਬੱਚਿਆਂ ਨੂੰ ਵੀ ਅੱਗੇ ਨੌਜਵਾਨੀ ਨੂੰ ਵੀ ਹੋਰ ਤਰ੍ਹਾਂ ਜੇ ਐਨੇ ਕ ਦਿਨ ਖੇਤੀ ਦੇ ਐ ਬਾਕੀ ਸਿਰਫ ਦੇਖਣ ਦੇ ਐ ਵੀ ਹਾਂ ਚਲੋ ਪੱਕ ਰਹੀ ਐ ਤਾਂ ਬਾਕੀ ਖਾਲੀ ਟਾਈਮ ਕਿਵੇਂ ਬਤੀਤ ਕਰੇ ਫਿਰ ਆ ਜਿਹੜੀ ਤੁਸੀਂ ਗੱਲ ਕਹੀ ਆ ਵੀ ਕਿਸਾਨ ਜਦੋਂ ਆਪਣੀ ਬਜਾਈ ਕਰ ਦਿੰਦਾ ਉਹ ਤੋਂ ਬਾਅਦ ਕਿਸਾਨ ਵਿਹਲਾ ਹੋ ਜਾਂਦਾ ਜਦੋਂ ਗ੍ਰੀਨਰੀ ਆ ਜਾਂਦੀ ਆ ਕਿਸਾਨ ਕਦੇ ਵੀ ਵਿਹਲਾ ਨਹੀਂ ਹੁੰਦਾ ਨਾ ਉਹਨਾਂ ਦਾ ਪਰਿਵਾਰ ਵਿਹਲਾ ਹੁੰਦਾ ਦੇਖੋ ਫਸਲ ਨੂੰ ਆਗਰ ਕਿਸਾਨ ਇੱਕ ਦਿਨ ਵੀ ਮਿਸ ਕਰੂਗਾ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਸਮੇਂ ਮੁਤਾਬਕ ਜੇ ਸਾਇੰਸ ਆਈ ਆ ਤਾਂ ਮਸ਼ੀਨਰੀ ਆਈ ਆ ਸਮਾਂ ਚੇਨ ਤਾਂ ਹੋਊਗਾ ਜੀ ਤਾਂ ਉਹਦੇ ਮੁਤਾਬਕ ਖੇਤ ਇਕੱਲਾ ਨਹੀਂ ਹੈ ਤਿੰਨ ਮਹੀਨੇ ਤਾਂ ਆ ਟਾਈਮ ਟੇਬਲ ਤੇ ਦੇਖਣਾ ਪੈਂਦਾ ਅੱਜ ਜਿਹੜੀ ਸਰਕਾਰ ਗੱਲ ਕਰਦੀ ਹੈ ਨਾ ਅਸੀਂ ਦਿਨ ਚ ਲੈਟ ਦੰਨੇ ਆ ਮੈਂ ਤੁਹਾਨੂੰ ਹੁਣ ਮੇਰਾ ਫੋਨ ਉਧਰ ਪਿਆ ਤੁਹਾਨੂੰ ਦਿਖਾ ਦੰਨਾ ਸਰਕਾਰ ਦਾ ਹੀ ਜਿਹੜੇ ਹੈਗੇ ਬਿਜਲੀ ਮਹਿਕਮੇ ਦਾ ਸਾਡੇ ਮੈਸੇਜ ਆਉਂਦੇ ਆ ਫੋਨ ਤੇ ਹੁਣ ਸਾਡੇ ਜਿਹੜੇ ਇਲਾਕੇ ਚ ਤਿੰਨ ਸ਼ਿਫਟਾਂ ਚ ਆਉਂਦੀ ਆ ਜੀ ਕਿਵੇਂ ਆਉਂਦੀ ਆ ਜੀ ਸਵੇਰੇ ਇੱਕ ਸ਼ਿਫਟ ਹੈਗੀ 5:30 ਤੋਂ 1:30 ਵਜੇ ਤੱਕ ਦੁਪਹਿਰ ਤੱਕ 1:30 ਵਜੇ ਤੋਂ ਹੈਗੀ ਰਾਤ ਦੇ 9:30 ਵਜੇ ਤੱਕ ਰਾਤ ਦੇ 9:30 ਵਜੇ ਤੋਂ ਸਵੇਰ ਦੇ 5:30 ਵਜੇ ਤੱਕ ਅੱਛਾ ਕਿੱਥੇ ਸਰਕਾਰ ਗੱਲਾਂ ਕਰਦੀ ਆ ਸਰਕਾਰ ਟੀਵੀਾਂ ਤੇ ਹੀ ਬੋਲ ਸਕਦੀ ਆ ਸੋ ਮੇਰੇ ਕਹਿਣ ਤੋਂ ਭਾਵ ਉਦੋਂ ਜਿਹੜੇ ਜ਼ਮਾਨੇ ਦੀ ਤੁਸੀਂ ਗੱਲ ਕਰਦੇ ਆ ਉਦੋਂ ਜੁਆਇੰਟ ਫੈਮਲੀਆਂ ਸੀਗੀਆਂ ਹੁਣ ਹੈਗੇ ਇੰਡੀਪੈਂਡੈਂਟ ਔਰ ਜਿਹੜੀ ਬੱਚਿਆਂ ਦੀ ਗੱਲ ਕਰਦੇ ਆ ਬੱਚਾ ਕੋਈ ਵਿਹਲਾ ਨਹੀਂ ਹੈਗਾ ਕੋਈ ਪਰਿਵਾਰ ਕਿਸਾਨ ਸਾਰਿਆਂ ਨੇ ਪਸ਼ੂ ਰੱਖੇ ਹੋਏ ਆ ਆ ਅਸੀਂ ਆਪਣਾ ਜਿੰਨੇ ਵੀ ਲੋਕ ਇੱਥੇ ਸਮੂਲੀਅਤ ਕਰਦੇ ਨੇ ਜਾਂ ਸਾਡੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਲੋਕ ਦਰਦੀ ਨੇ ਅੱਜ ਅਸੀਂ ਆਪਣੇ ਬੱਚਿਆਂ ਲਈ ਹੋਣ ਇਹ ਇਹ ਜਿਹੜੀ ਅਸੀਂ ਬੈਠੇ ਹਾਂ ਨਾ 13 ਫਰਵਰੀ ਤੋਂ ਇਹ ਕੱਲੀ ਗੱਲ ਫਸਲ ਦੀ ਨਹੀਂ ਹੋ ਰਹੀ ਨਾਲ ਨਸਲ ਦੀ ਵੀ ਹੋ ਰਹੀ ਹੈ ਤੁਸੀਂ ਬੱਚਿਆਂ ਦੀ ਗੱਲ ਕਰੀ ਆ ਬੱਚਿਆਂ ਨੂੰ ਸਾਡੇ ਨੂੰ ਟਾਈਮ ਨਹੀਂ ਮਿਲਦਾ ਪਰ ਬੱਚੇ ਕਰਨ ਕੀ ਬਾਹਰ ਨੂੰ ਕਿਉਂ ਭਜਦਾ ਸਾਡੇ ਗਲ ਗੂਠਾ ਬੱਚੇ ਕਿਉਂ ਦਿੰਦੇ ਨੇ ਵੀ ਬਾਹਰ ਜਾਣਾ ਹੁਣ ਤਾਂ ਬਾਹਰ ਦੇ ਵੀ ਹਾਲਾਤ ਦੇਖ ਲਓ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਬਾਹਰ ਭੇਜਣਾ ਚਾਹੁੰਦੇ ਪਰ ਸਾਡੀਆਂ ਮਜਬੂਰੀਆਂ ਬੱਚੇ ਵੀ ਬਣਾ ਦਿੰਦੇ ਆ ਬੱਚੇ ਕਿਉਂ ਬਣਾਉਂਦੇ ਨੇ ਜਦੋਂ ਉਹਦੇ ਪੇਰੈਂਟਸ ਤੇ ਜਾਣਾ ਬੱਚੇ ਨੇ ਪੇਰੈਂਟਸ ਦੇ ਹਾਲਾਤ ਦੇਖਣਗੇ ਕੀ ਆ ਵੀ ਸਾਡਾ ਪਿਤਾ ਇੰਨੇ ਟਾਈਮ ਦਾ ਲੱਗਿਆ ਸਾਡਾ ਦਾਦਾ ਜੀ ਇੰਨੇ ਟਾਈਮ ਦਾ ਲੱਗਿਆ ਹਾਲਾਤ ਤਾਂ ਉਹੀ ਨੇ ਜਿਹੜੀ ਚੀਜ਼ ਅਸੀਂ ਪੈਦਾ ਕਰਦੇ ਆ ਮੰਡੀ ਚਲ ਜਾ ਕੇ ਅਸੀਂ ਵੇਚਣ ਜਾਂਦੇ ਆ ਉਹਨੂੰ ਸੁੱਟਣਾ ਕਹਿ ਲਈਏ ਉਹਨੂੰ ਵੇਚਣਾ ਕਹਿ ਲਈਏ ਤਾਂ ਫੇਰ ਅਸੀਂ ਐਂ ਦੇਖੀ ਜਾਂਦੇ ਆ ਵੀ ਕੌਣ ਆਊਗਾ ਸਾਡੀ ਮੰਡੀ ਚ ਸਾਡੀ ਫਸਲ ਨੂੰ ਕੌਣ ਆ ਅੱਜ ਇੱਕ ਮਾਸ ਚ ਖਰੀਦਣੀ ਆ ਤਾਂ ਉਹਤੇ ਉਹਦੇ ਮੂੰਹ ਮੰਗੇ ਤੇ ਪੈਸਾ ਦੇਣਾ ਇੱਕ ਚੀਜ਼ ਕੋਈ ਵੀ ਬਾਜ਼ਾਰੋਂ ਖਰੀਦਣੀ ਆ ਉਹਦਾ ਰੇਟ ਦੁਕਾਨਦਾਰ ਤੈਅ ਕਰੂਗਾ ਇੱਕ ਕਿਸਾਨ ਹੈਗਾ ਆਪਦੇ ਖੇਤਾਂ 'ਚ ਪੈਦਾ ਕਰਕੇ ਆਪ ਦੀ ਫਸਲ ਦਾ ਰੇਟ ਆਪ ਨਹੀਂ ਲਾ ਸਕਦਾ ਪਰ ਕਿਸਾਨ ਨੂੰ ਸਮਝਾਉਣੇ ਵਾਲੇ ਬਹੁਤ ਬੈਠੇ ਆ ਬੜੇ ਬੁੱਧੀਜੀਵੀ ਬੈਠੇ ਆ ਸਰਕਾਰਾਂ ਬੈਠੀਆਂ ਕਿਸਾਨਾਂ ਦੇ ਸਿਰ ਤੇ ਹੀ ਸਰਕਾਰਾਂ ਬਣਾ ਕੇ ਕਿਸਾਨਾਂ ਦੇ ਸਿਰ ਤੇ ਇਕਨੋਮੀ ਚਲਾ ਕੇ ਅੱਜ ਅਗਰ ਤੁਸੀਂ ਸੱਚੇ ਦੁਕਾਨਦਾਰ ਨੂੰ ਮਿਲੋ ਸ਼ਹਿਰ 'ਚ ਜਾ ਕੇ ਉਹ ਇਹ ਦੇਖਦਾ ਜਿਹੜੇ ਪੁਰਾਣੇ ਦੁਕਾਨਦਾਰ ਨੇ ਨਵੀਂ ਦੁਕਾਨਦਾਰ ਨੂੰ ਤਾਂ ਇੰਨੀ ਨਹੀਂ ਸਮਝ ਹੋ ਸਕਦੀ ਕਿਉਂਕਿ ਅਪਡਾਟ ਨਹੀਂ ਆਇਆ ਪਰ ਉਹ ਜਿਹੜਾ ਪੁਰਾਣੇ ਦੁਕਾਨਦਾਰ ਉਹਨਾਂ ਨੂੰ ਤਾਂ ਪਤਾ ਹੈ ਵੀ ਜੇ ਕਿਸਾਨ ਦੇ ਵੋਝੇ ਚ ਕੁਝ ਆਊਗਾ ਫਿਰ ਪਹਿਲਾ ਕਿਸਾਨ ਕੋਲ ਪੈਸਾ ਆਊਗਾ ਫਿਰ ਬਾਜ਼ਾਰ ਚ ਆਊਗਾ ਜਦੋਂ ਪੈਸਾ ਟਰਨਓਵਰ ਘੁੰਮੂਗਾ ਤਾਂ ਕਿਤੇ ਇਕਨੋਮੀ ਅੱਗੇ ਜਾਂਦੀ ਆ ਕਿਸਾਨ ਤੋਂ ਬਿਨਾ ਦੇਸ਼ ਬਿਲਕੁਲ ਖਤਮ ਆ ਪਰ ਸਰਕਾਰਾਂ ਨਹੀਂ ਇਹ ਚੀਜ਼ ਨੂੰ ਸਮਝਦੀਆਂ ਬਹੁਤ ਸਾਰੇ ਸਾਡੇ ਲੋਕ ਨਹੀਂ ਸਮਝਦੇ ਅਸੀਂ ਗੈਰ ਸਿਆਸੀ ਕਿਉਂ ਰੱਖਿਆ ਬਹੁਤ ਸਾਰੇ ਬੋਲਦੇ ਨੇ ਯਾਰ ਗੈਰ ਸਿਆਸੀ ਤੋਂ ਕਿਵੇਂ ਚੱਲਦੀ ਹੈ ਜੱਤੇਬੰਦੀ ਅਸੀਂ ਕਿਹਾ ਅਸੀਂ ਬੋਰਡ ਦੀ ਰਾਜਨੀਤੀ ਨਹੀਂ ਕਰਦੇ ਪਰ ਸਾਡੇ ਲੋਕ ਜੇ ਸਮਝਦਾਰ ਹੋਣ ਜਿਵੇਂ ਹੁਣੀ ਇੱਕ ਐਗਜ਼ਾਮਪਲ ਲੈ ਲਓ ਹਾਲੇ ਤਾਂ ਮਾਨਸੂਨ اجلاس ਆਇਆ ਨਹੀਂਗਾ ਹਲੇ ਤਾਂ ਸੌ ਚੱਕ ਸਮਾਗਮ ਹੋ ਰਹੇ ਨੇ ਜਿਹੜੇ ਆ ਲੋਕ ਸਭਾ ਦੇ ਵਿੱਚ ਪਰ 70 ਸਾਲਾਂ ਤੋਂ ਕਦੇ ਕਿਸਾਨੀ ਦੀ ਗੱਲ ਨਹੀਂ ਹੋਈ ਇਸ ਮੋਰਚੇ ਨੇ ਜੋ ਕੁਝ ਸਾਇਲੈਂਟ ਰਹਿ ਕੇ ਜੋ ਕੁਝ ਕੀਤਾ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਨਾ ਵੀ ਤੁਸੀਂ ਭਾਜਪਾ ਨੂੰ ਨਹੀਂ ਵੋਟ ਪਾਉਣੀ ਤੁਸੀਂ ਕਾਂਗਰਸ ਨੂੰ ਪਾਓ ਤੁਸੀਂ ਕਾਂਗਰਸ ਨੂੰ ਨਹੀਂ ਪਾਉਣੀ ਤੁਸੀਂ ਆਮ ਪਾਰਟੀ ਨੂੰ ਪਾਓ ਤੁਸੀਂ ਆਮ ਪਾਰਟੀ ਨੂੰ ਨਹੀਂ ਪਾਉਣੀ ਤੁਸੀਂ ਯਾਦ ਨੂੰ ਪਾਓ ਪਰ ਲੋਕ ਬੜੇ ਅਵੇਅਰ ਨੇ ਜੇ ਕਿਤੇ ਇਸ ਮੋਰਚਾ ਲੱਗਿਆ ਤਾਂ ਅੱਜ ਕੋਈ ਵੀ ਐਮਪੀ ਆਪਣੇ ਭਾਸ਼ਣ ਚ ਸਭ ਤੋਂ ਪਹਿਲਾਂ ਸ਼ੰਭੂ ਬਾਡਰ ਖਨੋਰੀ ਬਾਡਰ ਦੀ ਗੱਲ ਕਰਕੇ ਉਹ ਆਪਣੇ ਆਪ ਨੂੰ ਆਪਣਾ ਮਾਣ ਮਹਿਸੂਸ ਕਰਦਾ ਵੀ ਜੇ ਮੈਂ ਕਿਸਾਨੀ ਦੀ ਗੱਲ ਨਹੀਂ ਕਰੀ ਚਾਹੇ ਉਹ ਉੱਪਰਲੇ ਦੇ ਲੋ ਕਰੋ ਚਾਹੇ ਅੰਦਰਲੀ ਆਤਮਾ ਤੋਂ ਕਰੋ ਪਰ ਉਹਦੀ ਮਜਬੂਰੀ ਬਣ ਗਈ ਕਿਸਾਨੀ ਦੀ ਗੱਲ ਕਰਨੀ ਪਰ ਸਰਕਾਰ ਪਤਾ ਨਹੀਂ ਕਿਉਂ ਨਹੀਂ ਸਮਝਦੀ ਅਕਸਰ ਸਰਕਾਰ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਮੋਦੀ ਸਾਹਿਬ ਦੀ ਗਰੰਟੀ ਹੁੰਦੀ ਸੀ ਹੁਣ ਐਨਡੀਏ ਆ ਗਈ ਸਮਝ ਸਾਰਾ ਕੁਝ ਆ ਪਤਾ ਨਹੀਂ ਸਰਕਾਰਾਂ ਦੇ ਇਹਨਾਂ ਨੂੰ ਪਿੱਛੇ ਤੇ ਕੌਣ ਗੈਣਾ ਤੇ ਕੀ ਇਹਨਾਂ ਦੀ ਮਜਬੂਰੀ ਹੈਗੀ ਆ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਚ ਇਹਨਾਂ ਦਾ ਕੀ ਜਾਂਦਾ ਹੈਗਾ ਜਾਂ ਇਹਨਾਂ ਨੇ ਕਿਸਾਨ ਨੂੰ ਜਿਹੜਾ ਵੀ ਕੁਝ ਦੇਣਾ ਹੈਗਾ ਵਾ ਕੋਈ ਘਰ ਤੋਂ ਤਾਂ ਦੇਣਾ ਨਹੀਂ ਇਹਨਾਂ ਦਾ ਤਾਂ ਕੁਝ ਜਾਂਦਾ ਨਹੀਂ ਆ ਸਰਕਾਰ ਦਾ ਪੈਸਾ ਸਾਡੇ ਟੈਕਸਾਂ ਤੋਂ ਹੀ ਸਾਡੇ ਟੈਕਸਾਂ ਤੋਂ ਹੀ ਤਨਖਾਹ ਲੰਨੇ ਆ ਸਾਰਾ ਕੁਝ ਕਰਦੇ ਆ ਔਰ ਉਹਦੇ باوجود ਵੀ ਸਾਨੂੰ ਇਹ ਜਿਹੜਾ ਇਲਜ਼ਾਮ ਆ ਉਹ ਕਿਸਾਨ ਤੇ ਆਉਂਦਾ ਕਿਸਾਨ ਤਾਂ ਬਹੁਤ ਹੀ ਰੱਬ ਤੇ ਭਰੋਸਾ ਕਰਨੇ ਵਾਲਾ ਹੈਗਾ ਜਿਹਦਾ ਸਾਰਾ ਕੁਝ ਖੁੱਲੇ ਸਮਾਂਚ ਪੱਕਣਾ ਕਣਕਾ ਖੁੱਲੇ ਸਮਾਂਚ ਪੱਕਣੀ ਆ ਝੋਨਾ ਖੁੱਲੇ ਸਮਾਂਚ ਜਿਹੜੀ ਵੀ ਫਸਲ ਹੈਗੀ ਆ ਤੇ ਸਾਡੇ ਕੋਲ ਸ਼ੈੱਡ ਤਾਂ ਪਾਏ ਨਹੀਂ ਹੋਏ ਕਿਤੇ ਬਾਹਰ ਛਾਉਣੀ ਬਾਹਰ ਛਾਉਣੀ ਹੁੰਦੀ ਆ ਪਹਿਲਾਂ ਦੁਕਾਨਦਾਰ ਆਪਣਾ ਸਮਾਨ ਚੱਕ ਕੇ ਅੰਦਰ ਕਰ ਲੈਂਦਾ ਤੋਂ ਸਤੋਂ ਵੱਡਾ ਜਿਹੜਾ ਭਰੋਸਾ ਔਰ ਸਬਰ ਅਸੀਂ ਤਾਂ ਜ਼ਬਰਦਸਤ ਮੁਕਾਬਲਾ ਬੜੇ ਸਬਰ ਨਾਲ ਬੈਠ ਕੇ ਸ਼ਾਂਤਮਈ ਆਪਣਾ ਜਿਹੜਾ ਮੋਰਚੇ 'ਚ ਬੈਠੇ ਆ ਇਹ ਕਰ ਰਹੇ ਆ ਪਰ ਸਰਕਾਰਾਂ ਦੇ ਸਮਝ ਪਤਾ ਨਹੀਂ ਕਦੋਂ ਆਉਗੀ ਜੀ ਬਿਲਕੁਲ ਆ ਆਖਰੀ ਸਵਾਲ ਹੈ ਮੇਰਾ ਪੰਗੋ ਸਰਬ ਤੁਹਾਨੂੰ ਜਿੱਥੋਂ ਤੱਕ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਰਾਜਨੀਤੀ ਦੀ ਗੱਲ ਕੀਤੀ ਵੋਟ ਬੈਂਕ ਦੀ ਗੱਲ ਕੀਤੀ ਇਸ ਟਾਈਮ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਨਵੀਂ ਜਿਹੜੀ ਸਰਕਾਰ ਬਣੀ ਹੈ ਤੀਸਰੀ ਵਾਰ ਮੋਦੀ ਸਰਕਾਰ ਆਈ ਹੈ ਚਲੋ ਪੂਰੀ ਤਰੀਕੇ ਦੇ ਨਾਲ ਚਾਹੇ ਉਹਨੂੰ ਕਹਿ ਲੋ ਕਿ ਐਨਡੀਏ ਬਣ ਕੇ ਆਈ ਹੈ ਪਰ ਇਹ ਕਿ ਵਿਪੱਖ ਜਿਹੜਾ ਹੈਗਾ ਆਪੋਜੀਸ਼ਨ ਵੀ ਬੜਾ ਸਟਰੋਂਗ ਬਣ ਕੇ ਆਇਆ ਹੈ ਤਾਨੂੰ ਲੱਗਦਾ ਵੀ ਐਸ ਵਾਰ ਕਿਸੇ ਨਾ ਕਿਸੇ ਹੱਦ ਤੱਕ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪੋਜੀਸ਼ਨ ਤੁਹਾਡੀ ਗੱਲ ਉੱਥੇ ਖੜੀ ਹੋ ਕੇ ਕਰੇਗੀ ਕਰ ਰਹੀ ਹੈ ਆਲਰੇਡੀ ਕਰ ਰਹੀ ਹੈ ਪਰ ਉਸ ਦਬਾਰ ਨਾਲ ਕਰੇਗੀ ਔਰ ਜਿਹੜੀ ਸਤਾ ਤੇ ਰਹੀ ਹੈ ਸੌਰੀ ਜਿਹੜੀ ਜਿਨ੍ਹਾਂ ਦੇ ਸਾਹਮਣੇ ਤੁਹਾਨੂੰ 1 ਸਾਲ ਤੋਂ ਤਕਰੀਬਨ ਲਾਣਾ ਪਿਆ ਉਥੇ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਉਹਦੇ ਬਾਅਦ ਹੁਣ ਫੇਰ ਲਾਈ ਬੈਠੇ ਹੋਰੇ ਉਹਦੇ ਬਾਅਦ ਤੁਹਾਨੂੰ ਲੱਗਦਾ ਹੈ ਵੀ ਉਹ ਕੋਈ ਗੱਲ ਕਿਤੇ ਨਾ ਕਿਤੇ ਨਿਭੜੇਗੀ ਹੈ ਘਟੋ ਘਟ ਸੰਵਾਦ ਤਾਂ ਛਿੜੇਗਾ ਉਥੇ ਆਪਣੇ ਸਾਹਮਣੇ ਕਿਉਂਕਿ ਹੁਣ ਐਨਡੀਆ ਚ ਵੀ ਦੂਸਰੇ ਤੱਕ ਪਰ ਆਪੋਜੀਸ਼ਨ ਸਟਰੋਂਗ ਹੈ। ਕਾਫੀ ਮਾਮਲਿਆਂ ਤੇ ਉਹ ਗਲਬਤ ਕਰ ਰਹੇ ਨੇ। ਔਰ ਤੁਸੀਂ ਆਪ ਕਿਆ ਵੀ ਐਮਪੀ ਖੜੇ ਹੋ ਕੇ ਕਟੋ-ਕਟੋ ਨਾਲ ਮਜਬੂਰਨ ਕਰਨ ਕਿਵੇਂ ਵੀ ਕਰਨ। ਉਹਨਾਂ ਨੂੰ ਕਿਸਾਨੀ ਦੀ ਗੱਲ ਕਰਨੀ ਪੈ ਰਹੀ ਹੈ, ਕਿਸਾਨ ਦੀ ਗੱਲ ਕਰਨੀ ਪੈ ਰਹੀ ਹੈ, ਇਹਨਾਂ ਮੋਰਚਿਆਂ ਦੀ ਗੱਲ ਕਰਨੀ ਪੈ ਰਹੀ ਹੈ। ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਇਹਦੇ ਖਾਤਰ ਇਹ ਉਹਨਾਂ ਨੇ ਵੇਖਣਾ। ਜਿਹੜੇ ਐਮਪੀ ਹੈਗੇ ਆ। ਅਸੀਂ ਇਸ ਤੋਂ ਵੀ ਅੱਗੇ ਜਾ ਕੇ ਜੋ ਪਰਸੋਂ 8 ਜੁਲਾਈ ਨੂੰ ਅ ਜਿਹੜੇ ਭਾਜਵਾ ਦੇ ਐਮਪੀ ਹੈਗੇ ਆ 240 ਨੂੰ ਛੱਡ ਕੇ 303 ਐਮਪੀ ਸਹਿਬਾਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਔਰ ਚਿੱਠੀ ਦਵਾਂਗੇ 303 ਐਮਪੀਆ ਨੂੰ 8 ਤਰੀਕ ਨੂੰ 11 ਤੋਂ 1 ਵਜੇ ਦਾ ਸਾਡਾ ਟਾਈਮ ਹੈਗਾ ਵਾ ਉਹਨਾਂ ਦੇ ਘਰਾਂ ਚ ਜਾ ਕੇ ਜਿੱਥੇ ਵੀ ਉਹ ਹੈਗੇ ਪਰ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਨਾ ਅੱਜ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵੀ ਸਰਕਾਰ ਰਹੀਆਂ ਕਾਂਗਰਸ ਪਹਿਲਾਂ ਸਰਕਾਰ ਰਹੀ ਆ ਅਸੀਂ ਤਾਂ ਉਦੋਂ ਵੀ ਗੱਲ ਕੀਤੀ ਸੀ ਸਵਾਮੀ ਨਾਥਨ ਸਾਡਾ ਥੋੜੋ ਸੀਗਾ ਅਸੀਂ ਤਾਂ ਸਵਾਮੀ ਨਾਥਨ ਦੀ ਅੱਜ ਵੀ ਗੱਲ ਕਰਦੇ ਆ ਜੇ ਸੂਚਕਾਂਕ ਨਾਲ ਜੋੜ ਕੇ ਸਾਨੂੰ ਭਾਅ ਦਿੱਤਾ ਜਾਵੇ ਅੱਜ ਸਾਡੀ ਕਣਕ 7600 ਵਿਕੇ ਸਾਡਾ ਝੋਨਾ 5400 ਰੁਪਇਆ ਵਿਕੇ ਸੋ ਕਹਿਣ ਤੋਂ ਭਾਵ ਆਪੋਜੀਸ਼ਨ ਜਦੋਂ ਸਟਰੋਂਗ ਹੋਊਗੀ ਆਪੋਜੀਸ਼ਨ ਸਰਕਾਰ ਨੂੰ ਚਲਾਉਣੇ ਵਿੱਚ ਵੱਡਾ ਯੋਗਦਾਨ ਆਪੋਜੀਸ਼ਨ ਦਾ ਹੁੰਦਾ ਜਦੋਂ ਵਿਰੋਧੀ ਟੀਰ ਤੱਕੜੀ ਹੋਊਗੀ ਸੋ ਜੇ ਵਿਰੋਧੀ ਟੀਰ ਇਮਾਨਦਾਰੀ ਨਾਲ ਕੰਮ ਕਰੂਗੀ ਜਾਂ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਸਮਤ ਬਖਸ਼ ਜਣ ਜਿਹੜੇ ਅੱਜ ਹੁਕਮਰਾਨ ਬੈਠੇ ਨੇ ਤਾਂ ਬਹੁਤ ਛੇਤੀ ਮਸਲੇ ਹੱਲ ਹੋ ਸਕਦੇ ਆ ਕੋਈ ਇਹ じゃ ਮਤਲਬ ਤਾਂ ਹੈ ਨਹੀਂ ਗੱਲ ਤਾਂ ਟੇਬਲ ਟਾਕ ਤੇ ਮੁੱਕਣੀ ਆ ਪਰ ਗੱਲ ਨੀਅਤ ਔਰ ਨੀਤੀ ਦੀ ਆ ਜੇ ਨੀਅਤ ਔਰ ਨੀਤੀ ਸਾਫ ਹੋਊਗੀ ਤਾਂ ਵੱਡੀ ਗੱਲ ਨਹੀਂ ਹੈਗੀ ਤਾਂ ਮਸਲੇ ਹੱਲ ਹੋਣੇ ਚਾਹੀਦੇ ਆ ਨਾਲੇ ਅਸੀਂ ਤਾਂ ਕੋਈ ਸਾਡੀ ਤਾਂ ਨਜਾਇਜ਼ ਮੰਗ ਹੈ ਹੀ ਨਹੀਂਗੀ ਬਹੁਤ ਸਾਰੀਆਂ ਤਾਂ ਬਾਇਓ ਪ੍ਰੋਟੈਕਟ ਮੰਗਾ ਹੈਗੀਆਂ ਜਿਹੜੀਆਂ 220 ਦੇ ਵਿੱਚ ਮੋਰਚਾ ਲੱਗਿਆ ਸੀ ਲਖੀਂਪੀਰ ਦਾ ਇਨਸਾਫ ਕਿਹਨੂੰ ਦਿੱਤਾ ਜਿਨ੍ਹਾਂ ਨੇ ਸ਼ਰਿਆਂ ਵਿੱਚ ਗੱਡੀ ਚੜਾ ਕੇ ਉਹਨਾਂ ਨੂੰ ਇਹਨਾਂ ਲੋਕਾਂ ਨੇ ਅ ਟਿਕਟਾਂ ਦਿੱਤੀਆਂ ਹੈਗੀਆਂ ਉਹਨਾਂ ਨੂੰ ਆਪਣੇ ਉਮੀਦਵਾਰ ਲਾਉਣੇ ਆ ਬਹੁਤ ਗੱਲਾਂ ਹੈਗੀਆਂ ਔਰ ਪੰਜਾਬ ਦੇ ਵਿੱਚ ਔਰ ਜਿੰਨੇ ਸਾਡੇ ਬਹੁਤ ਸਾਰੇ ਕਿਸਾਨ ਛੇਦ ਹੋਏ ਆ ਉਹਨਾਂ ਦਾ ਹਲੇ ਕੰਪਰਸੇਸ਼ਨ ਬਾਕੀ ਹੈਗੀ ਆ ਕਈਆਂ ਨੂੰ ਨੌਕਰੀਆਂ ਮਿਲਣੀਆਂ ਬਾਕੀ ਹੈਗੀਆਂ ਐਮਐਸਪੀ ਦੀ ਗੱਲ ਤਾਂ ਉਦੋਂ ਵੀ ਸੀ ਫਿਰ ਕਿਉਂ ਨਹੀਂ ਆਪਣੇ ਵਾਅਦਿਆਂ ਤੇ ਉਤਰਦੇ ਜਦੋਂ ਅ ਮੋਦੀ ਸਾਹਿਬ ਬਾਜ਼ਾਰਤ ਦੇ ਵਿੱਚ ਨਹੀਂ ਸੀ ਬੀਜੇਪੀ ਉਦੋਂ ਇਹ ਐਮਐਸਪੀ ਦੇ ਗਾਰੰਟੀ ਕਰਨ ਦੀ ਵੀ ਗੱਲ ਕਰਦੇ ਸੀ ਉਦੋਂ ਇਹ ਸੁਆਮੀਨਾਥਨ ਦੀ ਵੀ ਗੱਲ ਕਰਦੇ ਸੀ ਵੀ ਸਵਾਮੀਨਾਥਨ ਰਿਪੋਰਟ ਐਨ ਵਨ ਸੀ250 ਪਲੱਸ ਨਾਲ ਲਾਗੂ ਹੋਣੀ ਚਾਹੀਦੀ ਆ ਪਰ ਜਦੋਂ ਉਸ ਹੁਕਮਰਾਨ ਸ਼ੀਟ ਤੇ ਵਹ ਜਾਂਦਾ ਆ ਕਿ ਉਦੋਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਆ ਕਿਸਾਨ ਨਾਲ ਪਤਾ ਨਹੀਂ ਕੀ ਕਿਸਾਨ ਨਾਲ ਇਹਨਾਂ ਨੂੰ ਇੰਨਾ ਜਾਦਤ ਹੀ ਕਰਦੇ ਆ ਕਿਸਾਨ ਨੂੰ ਇਹਨਾਂ ਜਲੀਲ ਕਰਦੇ ਆ ਸਮਝ ਨਹੀਂ ਆ ਰਹੀ ਕਿਸਾਨ ਤੋਂ ਹੀ ਦੇਸ਼ ਦਾ ਢਿੱਡ ਭਰਾਉਨੇ ਆ ਆ ਕਿਸਾਨ ਨੂੰ ਜਲੀਲ ਕੀਤਾ ਜਾਂਦਾ ਕਿਸਾਨ ਤੋਂ ਹੀ ਵੋਟਾਂ ਲੈਨੇ ਆ ਕਿਸਾਨ ਨੂੰ ਜਲੀਲ ਕੀਤਾ ਜਾਂਦਾ ਸੋ ਮੈਂ ਸਮਝਦਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਕਾਨੂੰਨ ਤਾਂ ਸਾਰਿਆਂ ਖਾਤਰ ਆ ਕਈ ਲੋਕ ਜਾਗ ਜਾਨੇ ਆ ਕਿਸਾਨਾਂ ਅੱਜ ਜਾਗਿਆ ਹੋਇਆ ਤਾਂ ਆਪਣੇ ਹੱਕ ਸੱਚ ਦੀ ਲੜਾਈ ਲੜ ਰਿਹਾ ਬਹੁਤ ਸਾਰੇ ਮਜ਼ਦੂਰਾਂ ਤੇ ਵੀ ਜਿਹੜੇ ਐਕਟ ਬਣ ਰਹੇ ਨੇ ਉਹਨ ਸਾਡਾ ਬਿਜਲੀ ਪਰਾਲੀ ਸੋਧ ਐਕਟ ਸੀ ਜੀ ਉਹਦੇ ਵਿੱਚ ਖੇਤੀ ਸੈਕਟਰ ਬਾਹਰ ਕੱਢਣਾ ਸੀ ਕਿੱਥੇ ਕੱਢਿਆ ਜੀ ਜਿਹੜਾ ਬਿਜਲੀ ਐਕਟ ਸੀਗਾ ਤੁਹਾਨੂੰ ਪਤਾ ਨਵੀਂ ਸਟੇਟਮੈਂਟ ਆਈ ਆ 17 ਜੂਨ ਨੂੰ ਤੇ ਜਿਹੜੇ ਚਿਪ ਵਾਲੇ ਮੀਟਰਾਂ ਦਾ ਸੀ ਵਿਰੋਧ ਕਰਦੇ ਆ ਉਹ ਇਹ ਹੋ ਗਿਆ ਵੀ ਹਰ ਜਾਹੇ ਨਮਾ ਲੱਗੇ ਚਾਹੇ ਪੁਰਾਣਾ ਜਿਹੜੇ ਪੁਰਾਣੇ ਵੀ ਆ ਉਹਨਾਂ ਨੂੰ ਪੁੱਟ ਕੇ ਵੀ ਚਿੱਪ ਵਾਲੇ ਮੀਟਰ ਨਵੇਂ ਲਾਉਣੇ ਚਾਹੀਦੇ ਨਵੀਂ ਸਟੇਟਮੈਂਟ ਹੈ ਇਹ ਤੇ ਸਰਕਾਰ ਗੱਲ ਟੇਬਲ ਟਾਕ ਤੇ ਕੀ ਕਰਦੀ ਆ ਪਰ ਥੱਲੇ ਐਪਲੀਮੈਂਟ ਕੀ ਕਰਦੀ ਆ ਕਾਰਨ ਕੀ ਤਾਂ ਇਹ ਵੋਟਾਂ ਖਤਰ ਜਿਹੜੀ ਚੋਣ ਸੀ ਉਹਦੇ ਖਤਰ ਰੋਕ ਰੱਖਿਆ ਹੁਣ ਉਹ ਲਾਗੂ ਕਰਤਾ ਇਹਨਾਂ ਨੇ ਜੀ 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 ਬਹੁਤ ਬਹੁਤ ਧੰਨਵਾਦ ਅੱਜ ਗੱਲਬਾਤ ਕਰਕੇ ਬਹੁਤ ਕੁਝ ਪਤਾ ਨਵੀਆਂ ਗੱਲਾਂ ਵੀ ਲੱਗੀਆਂ ਨੇ ਕਿਸਾਨ ਦੇ ਨਾਲ ਗੱਲਬਾਤ ਕਰਦੀ ਰਹਿਣੇ ਚਾਹੀਦੇ ਉਹਦਾ ਕਾਰਨ ਮੇਨ ਤਾਂ ਇਹੀ ਹੈਗੇ ਕਿਉਂਕਿ ਕਿਤੇ ਨਾ ਕਿਤੇ ਹਰ ਕੋਈ ਕਿਸਾਨੀ ਨਾਲ ਸਿੱਧੇ-ਸਿੱਧੇ ਢੰਗ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਵੀ ਜੁੜੇ ਹੋਏ ਹਾਂ ਜਿਹੜੀ ਅਸੀਂ ਘਰ ਰੋਟੀ ਖਾਣੇ ਆ ਜਿਹੜੇ ਸਾਡੇ ਅੱਜ ਦਾਲ ਪਕੜੀਆਂ ਹੈ ਜਿਹੜੀ ਅੱਜ ਅਸੀਂ ਸਬਜ਼ੀ ਖਾਣੀ ਹੈ ਸ਼ਾਮ ਨੂੰ ਸਵਾਦ ਲਾਣੇ ਉਹ ਸਾਰੇ ਸਾਰੇ ਤੁਹਾਡੇ ਖਾਤਰ ਹੀ ਆ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀ ਜਾਣਦਾ ਹੈ ਬੜੇ ਕਲੀਅਰ ਕੱਟ ਜਾਣਦਾ ਹੈ ਕਿ ਹਰ ਹਾਲਾਤ ਦੇ ਵਿੱਚ ਇਹਨਾਂ ਸਾਰਿਆਂ ਮੁੱਦਾਂ ਦਾ ਜਦੋਂ ਨਿਬੇੜਾ ਹੋਣਾ ਹੈ ਮੁੱਦਿਆਂ ਦਾ ਤੇ ਜਾ ਕੇ ਟੇਬਲ ਟਾਕ ਤੇ ਹੀ ਗੱਲ ਮੁਕਣੀ ਹੈ ਸਿੱਧੀ ਸਪਸ਼ਟ ਗੱਲ ਕਹੀ ਹੈ ਕਿਸਾਨਾਂ ਨੇ ਕਿ ਟੇਬਲ ਟਾਕ ਦੀ ਸਾਨੂੰ ਵੀ ਪਤਾ ਹੈ ਅਸੀਂ ਬਾਰ-ਬਾਰ ਜਾਣੇ ਆ ਪਰ ਹੁਕਮਰਾਨ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਵੀ ਜਿਹੜੀ ਗੱਲ ਟੇਬਲ ਟਾਕ ਤੇ ਮੁਕਾ ਕੇ ਆਂਦਾ ਹੈ ਕਿਸਾਨ ਤੇ ਤੁਸੀਂ ਫਿਰ ਉਹਨੂੰ ਥੱਲੇ ਇੰਪਲੀਮੈਂਟ ਕਿਉਂ ਨਹੀਂ ਕਰਦੇ ਸੋ ਸਭ ਤੋਂ ਵੱਡੀ ਗੱਲ ਤਾਂ ਹੁਮਕਮਾ ਕਿਉਂ ਹੀ ਆਂਦੀ ਹੈ ਕਿ ਟੇਬਲ ਟਾਕ ਤੇ ਹੀ ਡਾਇਵਰਸੀਫਿਕੇਸ਼ਨ ਤੇ ਵੀ ਗੱਲ ਹੋਣੀ ਹੈ ਬਿਜਲੀ ਦੇ ਮੀਟਰਾਂ ਦੀ ਵੀ ਗੱਲ ਹੋਣੀ ਹੈ ਜਿਹੜਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਕਿਸਾਨ ਨੂੰ ਲੈ ਕੇ ਮੁਸ਼ਕਲ ਆ ਰਹੀ ਹੈ ਉਸ ਦੀ ਸਭ ਦੀ ਗੱਲ ਟੇਬਲ ਟਾਕ ਤੇ ਹੋਣੀ ਹੈ ਸਰਕਾਰਾਂ ਦੇ ਨਾਲ ਐਸ ਕਰਕੇ ਹੋਣੀ ਹੈ ਕਿ ਐਮ ਐਸ ਪੀ ਫਸਲਾਂ ਤੇ ਦੇਣਾ ਸਰਕਾਰ ਦਾ ਕੰਮ ਹੈ ਕਿਉਂਕਿ ਸਰਕਾਰੀ ਏਜੰਸੀਆਂ ਜਦੋਂ ਫਸਲਾਂ ਦੀ ਜਦੋਂ ਉਹ ਫਸਲ ਹੋ ਜਾਂਦੀ ਹੈ ਕਿਸਾਨ ਦੀ ਫਸਲ ਜਦੋਂ ਤਿਆਰ ਹੋ ਜਾਂਦੀ ਹੈ ਉਹਨੂੰ ਐਮ ਐਸ ਪੀ ਤੇ ਚੱਕਣ ਗਿਆ ਤਾਂ ਕਿਸਾਨ ਜਿਹੜਾ ਉਹ ਸੌਖਾ ਹੋਏਗਾ ਜੇ ਕਿਸਾਨ ਸੌਖਾ ਹੋਏਗਾ ਤੇ ਤਾਂ ਨਾ ਤਾਂ ਉਹਨੂੰ ਪਰਾਲੀ ਬਾਲ ਨਹੀਂ ਪਏਗੀ ਡਾਇਵਰਸੀਫਿਕੇਸ਼ਨ ਆਏਗੀ ਜਿਸ ਸਭ ਤੇ 22 23 ਫਸਲਾਂ ਤੇ ਮਿਲ ਜਾਂਦੀ ਹੈ ਤੇ ਡਾਇਵਰਸੀਫਿਕੇਸ਼ਨ ਆਏਗੀ ਔਰ ਡਾਇਵਰਸੀਫਿਕੇਸ਼ਨ ਆਉਣ ਦੇ ਨਾਲ ਨਾ ਨਾੜਾਂ ਸਾੜੀਆਂ ਜਾਣਗੀਆਂ ਤੇ ਨਾ ਪਰਾਲੀ ਸਾੜੀ ਜਾਏਗੀ ਤੇ ਫਿਰ ਨਾ ਪੋਲੂਸ਼ਨ ਦੀਆਂ ਗੱਲਾਂ ਆਣਗੀਆਂ ਤੇ ਨਾ ਪੋਲੂਸ਼ਨ ਦਿੱਲੀ ਤੱਕ ਪਹੁੰਚੇਗਾ ਵੈਸੇ ਤਾਂ ਜਿਹੜੇ ਐਨਜੀਟੀ ਦੇ ਮੈਂਬਰ ਸੁਦੀਰ ਅਗਰਵਾਲ ਨੇ ਉਹਨਾਂ ਨੇ ਕਹਿ ਹੀ ਦਿੱਤਾ ਹੋਇਆ ਕਿ ਕਿਸਾਨਾਂ ਨੂੰ ਇਸ ਦੇ ਲਈ ਬਿਲਕੁਲ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਏ ਕੁਝ ਹੱਦ ਤੱਕ ਜ਼ਰੂਰ ਜਿਹੜਾ ਹੈਗਾ ਪਰਾਲੀ ਵਾਲੀ ਪ੍ਰੋਬਲਮ ਹੈਗੀ ਹੈ ਪਰ ਉਹਨੂੰ ਨਜੱਠਣ ਲਈ ਕੋਸ਼ਿਸ਼ ਕਿਸਾਨ ਵੀ ਕਰ ਰਿਹਾ ਔਰ ਜਿਹੜੇ ਕੋਸ਼ਿਸ਼ਾਂ ਨੇ ਹੋਰ ادارے ਨੇ ਜਾਂ ਜਿਹੜੀ ਜਥੇਬੰਦੀਆਂ ਨੇ ਜਾਂ ਫਿਰ ਸਰਕਾਰਾਂ ਨੇ ਉਹਨਾਂ ਨੂੰ ਵੀ ਕਰਨੇ ਚਾਹੀਦੇ ਆ ਪਰ ਬਰਹਾਲ ਜਿਹੜੀ ਗੱਲ ਹੈਗੀ ਹੈ ਉਹ ਇਹ ਹੈਗੀ ਹੈ ਕਿ ਮੋٹے ਤੌਰ ਤੇ ਕਿਸਾਨ ਪਰੇਸ਼ਾਨ ਹੈ ਹੁਕਮਰਾਨ ਉਹਨਾਂ ਨੂੰ ਸੁਣ ਨਹੀਂ ਰਹਾ ਮੋਰਚੇ ਫਿਰ ਵੀ ਲੱਗੇ ਹੋਏ ਨੇ ਪਰ ਆਖਿਰਕਾਰ ਕਿਸਾਨੀ ਦਾ ਹੋਏਗਾ ਕੀ ਤੇ ਸਰਕਾਰਾਂ ਸੁਣਨਗੀਆਂ ਕਦੋਂ ਮੈਨੂੰ ਤੇ ਮੇਰੇ ਕੈਮਰਾ ਪਰਸਨ ਸਰਜੀਤ ਨੂੰ ਤੋਂ ਇਜਾਜ਼ਤ ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ ਤਾਂ ਤੱਕ ਬਹੁਤ ਬਹੁਤ ਸ਼ੁਕਰੀਆ ਧੰਨਵਾਦ